ਹਾਂਜੀ, ਸਵਾਗਤ ਹੈ ਜੀ ਤੁਹਾਡਾ ਸਭ ਦਾ ਅੱਜ ਦੀ ਇਸ ਵੀਡ ਦੇ ਵਿੱਚ। ਆਪਾਂ ਹਾਜ਼ਰ ਹਾਂ ਜੀ ਈ ਟੀ 99 ਪੇਪਰ ਏ ਦੇ ਲਈ ਇੱਕ ਨਵੀਂ ਵੀਡੀਓ ਲੈ ਕੇ। ਅੱਜ ਦੀ ਇਸ ਵੀਡ ਦੇ ਵਿੱਚ ਆਪਾਂ ਜਿਹੜਾ ਟੋਪਿਕ ਕਰਨਾ ਹੈ ਜੀ, ਉਹ ਕਰਨਾ ਹੈ ਖੰਡੀ ਅਤੇ ਅਖੰਡੀ ਧੁਨੀਆਂ। ਠੀਕ ਹੈ, ਸਾਰੇ ਕੈਂਡੀਡੇਟਸ ਦੀ ਡਿਮਾਂਡ ਆਈ ਸੀ ਕਿ ਖੰਡੀ ਅਤੇ ਅਖੰਡੀ ਧੁਨੀਆਂ ਵੀ ਜਿਹੜੀਆਂ ਨੇ ਅਲੱਗ ਤੋਂ ਸੈਪਰੇਟ ਵੀਡੀਓ ਦੇ ਵਿੱਚ ਕਵਰ ਕਰਾਈਆਂ ਜਾਣ। ਤਾਂ ਆਪਾਂ ਹਾਜ਼ਰ ਹਾਂ ਜੀ, ਅੱਜ ਦੀ ਇਸ ਵੀਡ ਦੇ ਵਿੱਚ ਆਪਾਂ ਖੰਡੀ ਅਤੇ ਅਖੰਡੀ ਧੁਨੀਆਂ ਨੂੰ ਪੜ੍ਹਨ ਤੋਂ ਬਾਅਦ ਇਹ ਵੀ ਦੇਖਾਂਗੇ ਕੰਠੀ ਧੁਨੀਆਂ ਕਿਹੜੀਆਂ ਹੁੰਦੀਆਂ ਨੇ, ਤਾਲਵੀ ਧੁਨੀਆਂ, ਦੰਤੀ ਧੁਨੀਆਂ, ਹੋਂਠੀ ਧੁਨੀਆਂ ਕਿਹੜੀਆਂ ਨੇ, ਇਹ ਵੀ ਸਾਰਾ ਆਪਾਂ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਠੀਕ ਹੈ, ਇਸ ਦੇ ਨਾਲ ਹੀ ਵੀਡੀਓ ਦੇ ਐਂਡ ਦੇ ਵਿੱਚ ਇੱਕ ਛੋਟਾ ਜਿਹਾ ਟੋਪਿਕ ਰਹੇਗਾ ਜੀ, ਜਿਹੜਾ ਹੈਗਾ ਸੁਰ, ਪੰਜਾਬੀ ਸੁਰ, ਜਿਸ ਦੇ ਵਿੱਚ ਹੁੰਦੇ ਨੇ 3 ਟਾਈਪ ਦੇ, ਨੀਵੇਂ ਸੁਰ, ਮੱਧਵਰਤੀ ਸੁਰ, ਉੱਚੇ ਸੁਰ। ਤਾਂ ਉਹਨਾਂ ਬਾਰੇ ਵੀ ਆਪਾਂ ਡਿਟੇਲ ਦੇ ਵਿੱਚ ਜਿਹੜਾ ਡਿਸਕਸ ਕਰਨ ਵਾਲੇ ਹਾਂ। ਠੀਕ ਹੈ ਜੀ, ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਅਲੱਗ ਤੋਂ ਕੋਈ ਵੀ ਵੀਡੀਓ ਜਾਂ ਕੋਈ ਵੀ ਬੁੱਕ ਦੇ ਵਿੱਚੋਂ ਕੋਈ ਵੀ ਕੁਐਸਚਨ ਦੇਖਣ ਦੀ ਲੋੜ ਨਹੀਂ ਪੈ ਰਹੀ ਹੈਗੀ, ਬਿਲਕੁਲ ਇੱਕ ਸਿੰਗਲ ਵੀਡੀਓ ਦੇ ਵਿੱਚ ਆਪਾਂ ਪੂਰਾ ਚੈਪਟਰ ਜਿਹੜਾ ਕੰਪਲੀਟ ਕਰ ਲੈਣਾ ਹੈ। ਤਾਂ ਆਓ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ। ਸਭ ਤੋਂ ਪਹਿਲਾਂ ਦੇਖੋ, ਪੰਜਾਬੀ ਧੁਨੀਆਂ ਨੂੰ 2 ਭਾਗਾਂ ਦੇ ਵਿੱਚ ਵੰਡਿਆ ਗਿਆ ਜੀ, ਖੰਡੀ ਧੁਨੀਆਂ ਅਤੇ ਅਖੰਡੀ ਧੁਨੀਆਂ। ਠੀਕ ਹੈ, ਕਿਸ ਬਿਹਾਫ 'ਤੇ? ਉਚਾਰਨ ਦੇ ਬਿਹਾਫ 'ਤੇ। ਜੇਕਰ ਉਚਾਰਨ ਵਿਧੀ ਨੂੰ ਆਧਾਰ ਬਣਾਇਆ ਜਾਵੇ ਤਾਂ ਉਸ ਬੇਸ 'ਤੇ 2 ਟਾਈਪ ਦੀਆਂ ਜਿਹੜੀਆਂ ਧੁਨੀਆਂ ਨੇ ਉਹ ਵੰਡੀ ਗਈਆਂ ਨੇ, ਇੱਕ ਹੈਗੀ ਆ ਖੰਡੀ ਧੁਨੀਆਂ, ਇੱਕ ਹੈਗੀ ਆ ਅਖੰਡੀ ਧੁਨੀਆਂ। ਠੀਕ ਹੈ, ਹੁਣ ਦੇਖੋ ਜੇਕਰ ਆਪਾਂ ਇਹਨਾਂ ਨੂੰ ਸ਼ਬਦਾਂ ਤੋਂ ਸਮਝੀਏ, ਜਿਵੇਂ ਖੰਡੀ, ਹੁਣ ਆਪਾਂ ਕਹਿ ਦਿੰਦੇ ਹਾਂ ਵੀ ਇਸ ਕੰਮ ਦੇ 2 ਖੰਡ ਹੋ ਸਕਦੇ ਨੇ, ਖੰਡ ਯਾਨੀ ਪਾਰਟ, ਹਿੱਸੇ। ਠੀਕ ਹੈ, ਅਖੰਡੀ ਧੁਨੀਆਂ ਯਾਨੀ ਜਿਸ ਦੇ ਹਿੱਸੇ ਨਹੀਂ ਹੋ ਸਕਦੇ, ਜਿਸ ਦੇ ਪਾਰਟ ਨਹੀਂ ਹੋ ਸਕਦੇ। ਠੀਕ ਹੈ, ਤਾਂ ਖੰਡੀ ਧੁਨੀਆਂ ਕਿਹੜੀਆਂ ਹੋਈਆਂ? ਖੰਡੀ ਧੁਨੀਆਂ ਉਹ ਹਨ ਜੋ ਸ਼ਬਦਾਂ ਵਿੱਚੋਂ ਵੱਖਰੀਆਂ ਕਰਕੇ ਨਿਖੇੜੀਆਂ ਜਾ ਸਕਦੀਆਂ ਹਨ, ਨਿਖੇੜੀਆਂ ਯਾਨੀ ਅਲੱਗ ਕੀਤੀਆਂ ਜਾ ਸਕਦੀਆਂ ਹਨ। ਤਾਂ ਹੁਣ ਦੇਖੋ ਜੇਕਰ ਖੰਡੀ ਧੁਨੀਆਂ ਦੀ ਐਗਜ਼ਾਮਪਲ ਦੇ ਤੌਰ 'ਤੇ ਦੇਖਿਆ ਜਾਵੇ, ਜਿਵੇਂ ਹੋ ਗਏ ਕੱਕਾ, ਗੱਗਾ, ਜੱਜਾ, ਮੰਮਾ, ਇਹਨਾਂ ਨੂੰ ਅਲੱਗ ਅਲੱਗ ਕਰ ਸਕਦੇ ਹਾਂ ਆਪਾਂ। ਠੀਕ ਹੈ, ਤਾਂ ਇਹ ਹੋਈਆਂ ਖੰਡੀ ਧੁਨੀਆਂ। ਖੰਡੀ ਧੁਨੀਆਂ ਦੇ ਵਿੱਚ ਕਿਹੜੀ ਕਿਹੜੀਆਂ ਚੀਜ਼ਾਂ ਆਉਂਦੀਆਂ ਨੇ? ਖੰਡੀ ਧੁਨੀਆਂ ਦੇ ਵਿੱਚ ਪੰਜਾਬੀ ਦੇ ਸਾਰੇ ਸਵਰ ਆਉਂਦੇ ਨੇ, ਪੰਜਾਬੀ ਦੇ ਸਾਰੇ ਵਿਅੰਜਨ ਆਉਂਦੇ ਨੇ, ਅਤੇ ਪੰਜਾਬੀ ਦੇ ਅਰਧ ਸਵਰ ਵੀ ਜਿਹੜੇ ਖੰਡੀ ਧੁਨੀਆਂ ਦੇ ਵਿੱਚ ਹੀ ਆਉਂਦੇ ਨੇ। ਜੇਕਰ ਕੁਸ਼ਚਨ ਆ ਜਾਵੇ ਕਿ ਵਿਅੰਜਨ ਖੰਡੀ ਧੁਨੀ ਹੈ ਜਾਂ ਫਿਰ ਅਖੰਡੀ ਧੁਨੀਆਂ ਹੈ, ਤਾਂ ਤੁਸੀਂ ਬੇਝਿਜਕ ਹੋ ਕੇ ਵਿਅੰਜਨ ਖੰਡੀ ਧੁਨੀਆਂ 'ਤੇ ਹੀ ਟਿੱਕ ਕਰਨਾ ਹੈ। ਠੀਕ ਹੈ, ਤਾਂ ਖੰਡੀ ਧੁਨੀਆਂ ਦੇ ਵਿੱਚ 3 ਚੀਜ਼ਾਂ ਹੋਈਆਂ, ਸਵਰ, ਵਿਅੰਜਨ ਅਤੇ ਅਰਧ ਸਵਰ। ਕਲੀਅਰ ਹੈ? ਹੁਣ ਜੇ ਗੱਲ ਕਰੀਏ ਅਖੰਡੀ ਧੁਨੀਆਂ ਕਿਹੜੀਆਂ ਹੁੰਦੀਆਂ ਨੇ, ਤਾਂ ਅਖੰਡੀ ਧੁਨੀਆਂ ਉਹ ਹਨ ਜੋ ਖੰਡੀ ਧੁਨੀਆਂ ਦੇ ਨਾਲ ਜੁੜ ਕੇ ਹੀ, ਯਾਨੀ ਅਖੰਡੀ ਧੁਨੀਆਂ ਜਿਹੜੀਆਂ ਨੇ ਉਹ ਖੰਡੀ ਧੁਨੀਆਂ ਦੇ ਨਾਲ ਜੁੜ ਕੇ ਹੀ ਬੋਲੀਆਂ ਜਾ ਸਕਦੀਆਂ ਨੇ, ਅਲੱਗ ਤੋਂ ਨਹੀਂ ਬੋਲੀਆਂ ਜਾ ਸਕਦੀਆਂ। ਜਿਵੇਂ ਖੰਡੀ ਧੁਨੀਆਂ ਨੂੰ ਆਪਾਂ ਅਲੱਗ ਕਰ ਸਕਦੇ ਹਾਂ, ਲੇਕਿਨ ਅਖੰਡੀ ਧੁਨੀਆਂ ਨੂੰ ਅਲੱਗ ਨਹੀਂ ਕਰ ਸਕਦੇ, ਇਸ ਦੇ ਹੋਰ ਹਿੱਸੇ ਆਪਾਂ ਨਹੀਂ ਬਣਾ ਸਕਦੇ। ਠੀਕ ਹੈ, ਤਾਂ ਇਹ ਖੰਡੀ ਧੁਨੀਆਂ ਦੇ ਨਾਲ ਹੀ ਜੁੜ ਕੇ ਬੋਲੀਆਂ ਜਾ ਸਕਦੀਆਂ ਹਨ। ਕਿਹੜੀਆਂ ਕਿਹੜੀਆਂ ਨੇ ਇਸ ਦੇ ਵਿੱਚ? ਇਸ ਦੇ ਵਿੱਚ ਹੁੰਦੀਆਂ ਨੇ ਜੀ ਬਿੰਦੀ, ਟਿੱਪੀ, ਅੱਧਕ। ਠੀਕ ਹੈ, ਇਸ ਤੋਂ ਬਿਨਾਂ ਪੰਜਾਬੀ ਦੇ ਜਿਹੜੇ ਸੁਰ ਹੁੰਦੇ ਨੇ ਆਪਣੇ, ਪੰਜਾਬੀ ਦੇ ਸੁਰ ਹੁੰਦੇ ਨੇ ਉੱਚੇ ਸੁਰ, ਮੱਧ ਸੁਰ ਅਤੇ ਆਪਣਾ ਮੱਧਵਰਤੀ ਸੁਰ, ਉਹ ਸਾਰੇ ਅਖੰਡੀ ਧੁਨੀਆਂ ਦੇ ਵਿੱਚ ਆ ਜਾਂਦੇ ਨੇ। ਕਲੀਅਰ ਹੈ? ਤਾਂ ਬਸ ਤੁਸੀਂ 2 ਲਾਈਨਾਂ ਦੇ ਵਿੱਚ ਸਮਝ ਲਓ ਵੀ ਜਿਹੜੀ ਖੰਡੀ ਧੁਨੀਆਂ ਨੇ ਉਹ ਧੁਨੀਆਂ ਇਹੋ ਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਖੰਡ ਕੀਤੇ ਜਾ ਸਕਦੇ ਨੇ, ਯਾਨੀ ਪਾਰਟ, ਟੋਟੇ ਕੀਤੇ ਜਾ ਸਕਦੇ ਨੇ, ਵੱਖਰੀਆਂ ਕਰਕੇ ਇਹਨਾਂ ਨੂੰ ਅਲੱਗ ਕੀਤਾ ਜਾ ਸਕਦਾ ਹੈ। ਲੇਕਿਨ ਅਖੰਡੀ ਧੁਨੀਆਂ ਕਿਹੜੀਆਂ ਹੁੰਦੀਆਂ ਨੇ? ਜਿਨ੍ਹਾਂ ਨੂੰ ਵੱਖ ਨਹੀਂ ਕੀਤਾ ਜਾ ਸਕਦਾ, ਜੋ ਕਿ ਖੰਡੀ ਧੁਨੀਆਂ ਦੇ ਨਾਲ ਹੀ ਜੁੜ ਕੇ ਬੋਲੀਆਂ ਜਾ ਸਕਦੀਆਂ ਨੇ। ਕਲੀਅਰ ਹੈ? ਹੁਣ ਆਪਾਂ ਇਹਨੂੰ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਕਿ ਖੰਡੀ ਧੁਨੀਆਂ ਦੇ ਵਿੱਚ ਕਿਹੜੇ ਕਿਹੜੇ ਟੋਪਿਕ ਆਉਂਦੇ ਨੇ, ਕਿਵੇਂ ਆਉਂਦੇ ਨੇ, ਅਤੇ ਅਖੰਡੀ ਧੁਨੀਆਂ ਦੇ ਵਿੱਚ ਕਿਹੜੀ ਚੀਜ਼ ਆਉਂਦੀ ਹੈ। ਠੀਕ ਹੈ, ਤਾਂ ਹੁਣ ਦੇਖੋ ਖੰਡੀ ਧੁਨੀਆਂ ਦੀ ਆਪਾਂ ਗੱਲ ਕਰ ਰਹੇ ਹਾਂ। ਹੁਣ ਖੰਡੀ ਧੁਨੀਆਂ ਦੇ ਵਿੱਚ 3 ਟਾਈਪ ਦੀਆਂ ਚੀਜ਼ਾਂ ਆਉਂਦੀਆਂ ਨੇ। ਠੀਕ ਹੈ, ਸਵਰ ਆਉਂਦੇ ਨੇ, ਅਰਧ ਸਵਰ ਆਉਂਦੇ, ਠੀਕ ਹੈ, ਅਤੇ ਸਵਰ ਧੁਨੀਆਂ ਆਉਂਦੀਆਂ ਨੇ। ਇੱਕ ਇੱਕ ਕਰਕੇ ਪੜ੍ਹਦੇ ਹਾਂ। ਹੁਣ ਜਿਹੜੇ ਆਪਣੇ ਕੋਲ ਸਵਰ ਨੇ, 3 ਸਵਰ ਨੇ ਪੰਜਾਬੀ ਦੇ ਵਿੱਚ, ਊੜਾ, ਆੜਾ,
ਈੜੀ ਹੈ ਨਾ, ਇਹਨਾਂ ਨੂੰ ਆਪਾਂ ਸਵਰ ਅੱਖਰ ਵੀ ਕਹਿ ਦਿੰਦੇ ਹਾਂ, ਸਵਰ ਅੱਖਰ ਵਾਹਕ ਵੀ ਕਹਿ ਦਿੰਦੇ ਹਾਂ ਜਾਂ ਸਵਰ ਵਾਹਕ ਅੱਖਰ ਵੀ ਕਹਿ ਦਿੰਦੇ ਹਾਂ, ਠੀਕ ਹੈ। ਤਾਂ ਇਹ ਤਿੰਨੋਂ ਦੇ ਤਿੰਨ ਜਿਹੜੇ ਸਵਰ ਨੇ ਉਹ ਖੰਡੀ ਧੁਨੀਆਂ ਦੇ ਵਿੱਚ ਹੀ ਆਉਂਦੇ ਨੇ। ਕਲੀਅਰ ਹੈ, ਇੰਨੀ ਗੱਲ ਸਮਝ ਆ ਗਈ। ਸੈਕਿੰਡ, ਤਾਂ ਜਿਹੜੀਆਂ ਆਪਣੀਆਂ ਸਵਰ ਧੁਨੀਆਂ ਨੇ, ਟੋਟਲ 10 ਸਵਰ ਧੁਨੀਆਂ ਨੇ, ਇਹ ਵੀ ਆਪਣੀਆਂ ਖੰਡੀ ਧੁਨੀਆਂ ਦੇ ਵਿੱਚ ਹੀ ਆਉਣਗੀਆਂ, ਠੀਕ ਹੈ। ਇੰਨੀ ਗੱਲ ਸਮਝ ਹੈ, ਯਾਨੀ ਕਿ ਆਪਣੇ ਪੰਜਾਬੀ ਦੇ ਸਵਰ ਅਤੇ ਪੰਜਾਬੀ ਦੀਆਂ ਸਵਰ ਧੁਨੀਆਂ ਉਹ ਇੱਕ ਤਰੀਕੇ ਦੀ ਖੰਡੀ ਧੁਨੀਆਂ ਹਨ, ਠੀਕ ਹੈ। ਇੰਨੀ ਗੱਲ ਸਮਝ ਆ ਗਈ, ਅੱਗੇ ਵੱਧਦਿਆਂ। ਹੁਣ ਦੇਖੋ, ਹੁਣ ਜਿਹੜੇ ਆਪਣੇ ਸਵਰ ਨੇ, ਸਵਰ ਧੁਨੀਆਂ ਨੇ, ਉਹਨਾਂ ਨੂੰ ਵੱਖ ਵੱਖ ਆਧਾਰ 'ਤੇ ਵੰਡਿਆ ਗਿਆ ਏ, ਜਿਵੇਂ ਮਾਤਰਾ ਦੇ ਆਧਾਰ 'ਤੇ ਅਲੱਗ ਵੰਡਿਆ ਗਿਆ ਏ, ਬੋਲਣ ਦੇ ਆਧਾਰ 'ਤੇ ਅਲੱਗ ਵੰਡਿਆ ਗਿਆ ਏ, ਠੀਕ ਹੈ। ਤਾਂ ਹੁਣ ਜੇ ਆਪਾਂ ਇਹਨਾਂ ਨੂੰ ਅਲੱਗ ਅਲੱਗ ਟਾਈਪ ਨਾਲ ਦੇਖਿਆ ਜਾਵੇ, ਤਾਂ ਆਪਾਂ ਸਭ ਤੋਂ ਪਹਿਲਾਂ ਦੇਖਦੇ ਹਾਂ ਆਪਣੇ ਕੋਲ ਤਾਂ ਮਾਤਰਾ ਦੇ ਆਧਾਰ 'ਤੇ। ਦੇਖੋ, ਸਭ ਤੋਂ ਪਹਿਲਾਂ ਆਪਾਂ ਮਾਤਰਾ ਦੇ ਆਧਾਰ 'ਤੇ ਦੇਖਦੇ ਹਾਂ। ਮਾਤਰਾ ਦੇ ਆਧਾਰ 'ਤੇ ਆਪਾਂ ਨੇ ਪੜ੍ਹਿਆ ਹੋਇਆ ਵੀ ਦੋ ਟਾਈਪ ਦੇ ਹੁੰਦੇ ਨੇ, ਲਘੂ ਸਵਰ, ਦੀਰਘ ਸਵਰ, ਹੈ ਨਾ। ਉਹਨਾਂ ਨੂੰ ਆਪਾਂ ਕੇਂਦਰੀ ਸਵਰ ਅਤੇ ਬਾਹਰਲੇ ਸਵਰ ਵੀ ਕਹਿ ਦਿੰਦੇ ਹਾਂ। ਜਿਹੜੇ ਲਘੂ ਜਾਂ ਹਰਸਵ ਸਵਰ ਹੁੰਦੇ ਨੇ ਨਾ, ਉਹਨੂੰ ਆਪਾਂ ਕੇਂਦਰੀ ਸਵਰ ਕਹਿ ਦਿੰਦੇ ਹਾਂ, ਠੀਕ ਹੈ। ਜਿਹੜੇ ਦੀਰਘ ਸਵਰ ਹੁੰਦੇ ਨੇ ਉਹਨਾਂ ਨੂੰ ਆਪਾਂ ਬਾਹਰਲੇ ਸਵਰ ਕਹਿ ਦਿੰਦੇ ਹਾਂ, ਠੀਕ ਹੈ, ਇਹ ਯਾਦ ਰੱਖਿਓ। ਇਸ ਤੋਂ ਬਿਨਾਂ ਜੇਕਰ ਆਪਾਂ ਬੁੱਲਾਂ ਦੀ ਗੋਲਾਈ ਅਨੁਸਾਰ ਸਵਰ ਧੁਨੀਆਂ ਨੂੰ ਦੇਖੀਏ, ਠੀਕ ਹੈ, ਕਿ ਬੁੱਲਾਂ ਦੇ ਆਧਾਰ 'ਤੇ ਕਿਵੇਂ ਵੰਡੇ ਜਾ ਸਕਦੇ ਨੇ ਇਹ ਸਵਰ, ਤਾਂ ਇਹ ਹੁੰਦੇ ਨੇ, ਇੱਕ ਤੁਹਾਨੂੰ ਹੁੰਦਾ ਇਹ ਗੁਲਾਈਦਾਰ, ਇੱਕ ਹੁੰਦਾ ਗੁਲਾਈ ਰਹਿਤ। ਗੁਲਾਈਦਾਰ ਹੁੰਦੇ ਜਦੋਂ ਆਪਾਂ ਬੋਲਦੇ ਸਮੇਂ ਆਪਣੇ ਬੁੱਲਾਂ ਦੀ ਸਥਿਤੀ ਗੋਲ ਹੋ ਜਾਂਦੀ ਹੈ। ਇਹਦੇ ਵਿੱਚ ਕਿਹੜੇ ਕਿਹੜੇ ਆਉਂਦੇ ਨੇ, ਤਾਂ ਇਹਦੇ ਵਿੱਚ ਸਵਰ ਨੇ ਆਪਣੇ ਕੋਲ ਇਹ ਵਾਲਾ, ਠੀਕ ਹੈ, ਊ ਊ ਓ ਅਤੇ ਓ, ਇਹ ਚਾਰ ਜਿਹੜੀਆਂ ਸਵਰ ਧੁਨੀਆਂ ਨੇ ਇਹ ਗੁਲਾਈਦਾਰ ਸਵਰ ਨੇ, ਠੀਕ ਹੈ, ਯਾਨੀ ਜਿਸਦੇ ਵਿੱਚ ਬੋਲਣ ਲੱਗੇ ਆਪਣਾ ਮੂੰਹ ਜਿਹੜਾ ਹੈ, ਆਪਣੇ ਬੁੱਲ ਜਿਹੜੇ ਨੇ ਉਹ ਗੋਲ ਹੋ ਜਾਂਦੇ ਨੇ, ਕਲੀਅਰ ਹੈ। ਇਸ ਤੋਂ ਬਿਨਾਂ ਜਿਹੜੇ ਬਾਕੀ ਦੇ ਰਹਿ ਗਏ, ਠੀਕ ਹੈ, ਜਿਵੇਂ ਇੱਕ ਇਹ ਰਹਿ ਗਿਆ ਈ, ਫਿਰ ਈ ਏ ਐ ਅ ਅਤੇ ਓ, ਠੀਕ ਹੈ, ਇਹ ਜਿਹੜੇ ਨੇ, ਉਹ ਨਹੀਂ, ਉਹ ਆਪਾਂ ਪਿੱਛੇ ਕਰ ਲਿਆ ਆ, ਠੀਕ ਹੈ। ਇਹ ਜਿਹੜੇ ਨੇ ਇਹ ਕਿਹੜੇ ਨੇ, ਇਹ ਗੁਲਾਈ ਰਹਿਤ ਨੇ। ਜਦੋਂ ਤੁਸੀਂ ਇਹਨਾਂ ਨੂੰ ਬੋਲੋਗੇ ਤਾਂ ਤੁਹਾਡਾ ਮੂੰਹ ਜਿਹੜਾ ਗੋਲ ਨਹੀਂ ਹੋਏਗਾ, ਉਹ ਅਲੱਗ ਸ਼ੇਪ ਲੈ ਲਏਗਾ, ਠੀਕ ਹੈ। ਜਿਵੇਂ ਹੁਣ ਦੇਖੋ ਆਪਾਂ ਨੇ ਬੋਲਿਆ ਊ, ਤਾਂ ਤੁਸੀਂ ਬੋਲ ਕੇ ਦੇਖੋ ਤੁਹਾਡਾ ਮੂੰਹ ਗੋਲ ਹੋ ਜਾਏਗਾ, ਤੁਹਾਡੇ ਬੁੱਲ ਜਿਹੜੇ ਨੇ ਗੋਲ ਹੋ ਜਾਣਗੇ, ਹੈ ਨਾ। ਤਾਂ ਇਸ ਤਰੀਕੇ ਨਾਲ ਦੋ ਪਾਰਟ ਦੇ ਵਿੱਚ ਇਹ ਡਿਵਾਈਡ ਕੀਤੇ ਗਏ ਨੇ, ਇੱਕ ਤਾਂ ਹੈਗਾ ਗੁਲਾਈਦਾਰ ਸਵਰ, ਇੱਕ ਹੈਗਾ ਗੁਲਾਈ ਰਹਿਤ। ਕਲੀਅਰ ਹੈ, ਇੰਨੀ ਗੱਲ ਸਮਝ ਆ ਗਈ। ਤਾਂ ਆਪਾਂ ਨੇ ਦੇਖੋ ਕਨਫਿਊਜ਼ ਨਹੀਂ ਹੋਣਾ, ਧਿਆਨ ਦੇ ਨਾਲ ਸਮਝਣਾ ਹੈ। ਪਹਿਲਾਂ ਆਪਾਂ ਨੇ ਮਾਤਰਾ ਦੇ ਆਧਾਰ 'ਤੇ ਲਘੂ ਦੇਖੇ, ਸਵਰ ਦੇਖੇ, ਲਘੂ ਸਵਰ ਅਤੇ ਦੀਰਘ ਸਵਰ, ਠੀਕ ਹੈ। ਫਿਰ ਆਪਾਂ ਨੇ ਬੁੱਲਾਂ ਦੀ ਸਥਿਤੀ ਦੇ ਅਨੁਸਾਰ ਸਵਰ ਦੇਖੇ, ਜਿਹੜੇ ਗੋਲ ਹੁੰਦੇ ਨੇ ਅਤੇ ਇੱਕ ਗੋਲਾਈ ਰਹਿਤ ਹੁੰਦੇ ਨੇ, ਕਲੀਅਰ ਹੈ, ਇੰਨੀ ਗੱਲ ਸਮਝ ਆ ਗਈ। ਉਸ ਤੋਂ ਬਾਅਦ ਦੇਖੋ, ਹੁਣ ਜਿਹੜੀਆਂ ਪੰਜਾਬੀ ਦੀਆਂ ਧੁਨੀਆਂ ਨੇ, ਪੰਜਾਬੀ ਦੀਆਂ ਜਿਹੜੀਆਂ ਧੁਨੀਆਂ ਨੇ, ਉਹਨਾਂ ਨੂੰ ਦੋ ਆਧਾਰ 'ਤੇ ਆਪਾਂ ਹੋਰ ਵੰਡ ਸਕਦੇ ਹਾਂ। ਕਿਸ ਆਧਾਰ 'ਤੇ? ਇੱਕ ਹੈਗਾ ਉਚਾਰਨ ਸਥਾਨ, ਉਚਾਰਨ ਸਥਾਨ ਯਾਨੀ ਉਹ ਕਿਸ ਤਰ੍ਹਾਂ ਬੋਲੀਆਂ ਜਾਂਦੀਆਂ ਨੇ ਧੁਨੀਆਂ, ਠੀਕ ਹੈ। ਅਤੇ ਇੱਕ ਹੈਗਾ ਉਚਾਰਨ ਢੰਗ, ਉਚਾਰਨ ਢੰਗ ਯਾਨੀ ਕਿਸ ਢੰਗ ਨਾਲ ਬੋਲੀਆਂ ਜਾ ਰਹੀਆਂ ਨੇ ਸਥਾਨ ਦੇ ਵਿੱਚ, ਯਾਨੀ ਉਹ ਕਿਸ ਚੀਜ਼ ਨਾਲ ਟੱਚ ਹੋ ਰਹੀਆਂ ਨੇ, ਜੀਭ ਕਿੱਥੇ ਟੱਚ ਹੋ ਰਹੀ ਹੈ, ਅਤੇ ਉਚਾਰਨ ਢੰਗ ਕਿਸ ਨਾਲ ਇਹ ਬੋਲੀਆਂ ਜਾ ਰਹੀਆਂ ਨੇ, ਉਹ ਆਪਾਂ ਅੱਗੇ ਦੇਖਦੇ ਹਾਂ। ਤਾਂ ਇੱਥੇ ਤੁਸੀਂ ਸਕਰੀਨ 'ਤੇ ਇੱਕ ਚਾਰਟ ਦੇਖ ਰਹੇ ਹੋਵੋਗੇ, ਠੀਕ ਹੈ। ਉਚਾਰਨ ਸਥਾਨ ਦੇ ਆਧਾਰ 'ਤੇ ਪਹਿਲਾਂ ਦੇਖ ਰਹੇ ਹਾਂ ਆਪਾਂ, ਉਚਾਰਨ ਸਥਾਨ ਦੇ ਆਧਾਰ 'ਤੇ, ਠੀਕ ਹੈ। ਇਸ ਦੇ ਅੰਦਰ ਇਹ ਦੇਖਿਆ ਜਾਂਦਾ ਹੈ ਕਿ ਕਿਹੜਾ ਵਿਅੰਜਨ ਮੂੰਹ ਵਿਚਲੇ ਕਿਹੜੇ ਪਾਰਟ ਦੀ ਮਦਦ ਨਾਲ ਅੱਖਰ ਨੂੰ ਜਾਂ ਆਪਣੇ ਸਵਰ ਨੂੰ ਜਾਂ ਧੁਨੀ ਨੂੰ ਪ੍ਰੋਨਾਊਂਸ ਕਰ ਰਿਹਾ ਹੈ, ਠੀਕ ਹੈ। ਤਾਂ ਹੁਣ ਜਿਹੜਾ ਤੁਸੀਂ ਸਕਰੀਨ 'ਤੇ ਚਾਰਟ ਦੇਖ ਰਹੇ ਹੋ ਇਹਦੇ ਅਕੋਰਡਿੰਗ ਆਪਾਂ ਪੜ੍ਹਾਂਗੇ, ਠੀਕ ਹੈ। ਸਭ ਤੋਂ ਪਹਿਲਾਂ ਦੇਖਦੇ ਹਾਂ ਕੰਠੀ ਧੁਨੀਆਂ।
ਹੁਣ ਦੇਖੋ ਜਿਹੜੀਆਂ ਕੰਠੀ ਧੁਨੀਆਂ ਹੁੰਦੀਆਂ ਨੇ ਉਹ ਕਿਹੜੀਆਂ ਹੁੰਦੀਆਂ ਨੇ, ਜਿਵੇਂ ਕਿ ਨਾਮ ਤੋਂ ਪਤਾ ਲੱਗ ਰਿਹਾ ਕੰਠੀ ਯਾਨੀ ਕੰਠ ਤੋਂ ਜਿਹੜੀਆਂ ਆਪਣੇ ਸੰਗ ਤੋਂ ਉਚਾਰੀਆਂ ਜਾਂਦੀਆਂ ਨੇ, ਠੀਕ ਹੈ, ਉਹਨਾਂ ਨੂੰ ਕੀ ਕਹਾਂਗੇ ਆਪਾਂ? ਕੰਠੀ ਧੁਨੀਆਂ ਕਹਾਂਗੇ, ਠੀਕ ਹੈ। ਇਹ ਜਿਹੜੀਆਂ ਸਕਰੀਨ 'ਤੇ ਤੁਸੀਂ ਦੇਖ ਰਹੇ ਹੋ ਕੱਕਾ ਖੱਖਾ ਗੱਗਾ ਘੱਗਾ, ਹੈ ਨਾ, ਇਹ ਸਾਰੀਆਂ ਕਿਹੜੀਆਂ ਧੁਨੀਆਂ ਨੇ? ਕੰਠੀ ਧੁਨੀਆਂ ਨੇ, ਜਿਹੜੀਆਂ ਕਿ ਕੰਠ ਤੋਂ ਉਚਾਰਨ ਹੁੰਦੀਆਂ ਨੇ, ਸੰਗ ਤੋਂ ਉਚਾਰਨ ਹੁੰਦੀਆਂ ਨੇ। ਕਲੀਅਰ ਹੈ। ਸੈਕਿੰਡ ਆਪਣੇ ਕੋਲ ਤਾਲਵੀ ਧੁਨੀਆਂ। ਇਹ ਧੁਨੀਆਂ ਦਾ ਉਚਾਰਨ ਜਿਹੜਾ ਤਾਲੂ ਤੋਂ ਹੁੰਦਾ ਹੈ, ਜੀਭ ਕਠੋਰ ਤਾਲੂ ਨਾਲ ਜੁੜ ਕੇ ਜਿਹੜੀ ਆ ਪੂਰਨ ਰੋਕ ਪਾਉਂਦੀ ਹੈ, ਯਾਨੀ ਜਿਹੜੀ ਆਪਣੀ ਜੀਭ ਹੈ ਉਹ ਤਾਲੂ ਦੇ ਨਾਲ ਟੱਚ ਹੁੰਦੀ ਹੈ ਤਾਲਵੀ ਧੁਨੀਆਂ ਦੇ ਅਕੋਰਡਿੰਗ, ਠੀਕ ਹੈ। ਤਾਂ ਪੰਜਾਬੀ ਦੀਆਂ ਤਾਲਵੀ ਧੁਨੀਆਂ ਕਿਹੜੀਆਂ ਨੇ? ਚੱਚਾ ਹੈ ਜੀ, ਛੱਛਾ, ਜੱਜਾ, ਝੱਜਾ ਹੋ ਗਿਆ, ਠੀਕ ਹੈ, ਸ਼ਸ਼ੇ ਪੈਰ ਬਿੰਦੀ ਹੋ ਗਿਆ, ਯਈਆ ਹੋ ਗਿਆ, ਇਹ ਜਿਹੜੀਆਂ ਕਿਹੜੀਆਂ ਨੇ? ਤਾਲਵੀ ਧੁਨੀਆਂ ਨੇ। ਕਲੀਅਰ ਹੈ। ਜਿਸ ਦੇ ਵਿੱਚ ਆਪਣੀ ਜੀਭ ਜਿਹੜੀ ਆਪਣੇ ਤਾਲੂ ਨੂੰ ਟੱਚ ਕਰਦੀ ਹੈ। ਥਰਡ ਟਾਈਪ ਦੀ ਹੁੰਦੀ ਹੈ ਉਲਟ ਜੀਭੀ। ਉਲਟ ਜੀਭੀ ਧੁਨੀ ਕਿਹੜੀ ਹੁੰਦੀ ਹੈ? ਉਲਟ ਜੀਭੀ ਧੁਨੀ ਹੁੰਦੀ ਹੈ ਆਪਣੇ ਕੋਲ ਜਿਸ ਦੇ ਵਿੱਚ ਆਪਾਂ ਇਹਨਾਂ ਧੁਨੀਆਂ ਦੇ ਉਚਾਰਨ ਸਮੇਂ ਜਿਹੜੀ ਜੀਭ ਹੈ ਉਹ ਉਲਟੀ ਹੋ ਕੇ ਕਠੋਰ ਤਾਲੂ ਨਾਲ ਲੱਗਦੀ ਹੈ। ਜਿਵੇਂ ਤੁਸੀਂ ਪ੍ਰੋਨਾਊਂਸ ਕਰਕੇ ਦੇਖੋ, ਬੋਲ ਕੇ ਦੇਖੋ, ਟੈਂਕਾ, ਤੁਹਾਨੂੰ ਮਹਿਸੂਸ ਹੋਊਗਾ ਵੀ ਤੁਹਾਡੀ ਜੀਭ ਉਲਟੀ ਹੋ ਕੇ ਫਿਰ ਟੱਚ ਕਰ ਰਹੀ ਹੈ ਤਾਲੂ ਨੂੰ। ਠੱਠਾ, ਡੱਡਾ, ਹੈ ਨਾ, ਨਾਣਾ, ਇਹ ਕੀ ਹੈ? ਇਹ ਚੇਂਜ ਹੋ ਰਹੀ ਹੈ। ਇਹਨੂੰ ਉਲਟ ਜੀਭੀ ਨੂੰ ਆਪਾਂ ਮੂਰ ਧੁਨੀ ਵੀ ਕਹਿ ਦਿੰਦੇ ਹਾਂ, ਠੀਕ ਹੈ, ਮੂਰ ਧੁਨੀ ਜਾਂ ਫਿਰ ਉਲਟ ਜੀਭੀ। ਕਲੀਅਰ ਹੈ ਜੀ। ਅੱਗੇ ਦੇਖਦੇ ਹਾਂ ਆਪਾਂ। ਅੱਗੇ ਆਪਣੇ ਕੋਲ ਦੰਤੀ ਧੁਨੀਆਂ। ਇਹਨਾਂ ਧੁਨੀਆਂ ਦੇ ਉਚਾਰਨ ਸਮੇਂ ਜੀਭ ਦੀ ਜਿਹੜੀ ਨੋਕ ਹੈ ਯਾਨੀ ਜੀਭ ਦਾ ਜਿਹੜਾ ਫਰੰਟ ਵਾਲਾ ਹਿੱਸਾ ਹੈ, ਮੂਰਲਾ ਹਿੱਸਾ ਹੈ, ਉਹ ਦੰਦਾਂ ਦੀ ਕਤਾਰ ਨਾਲ ਜੁੜਦਾ ਹੈ। ਦੰਤੀ, ਜਿਵੇਂ ਤੱਥਾ ਬੋਲੋ ਤੁਸੀਂ, ਤੱਥਾ ਬੋਲ ਕੇ ਦੇਖੋ, ਤੁਹਾਡਾ ਜਿਹੜਾ ਜੀਭ ਦਾ ਅਗਲਾ ਹਿੱਸਾ ਹੈ ਉਹ ਦੰਦਾਂ ਨੂੰ ਟੱਚ ਕਰੇਗਾ ਫਰੰਟ ਵਾਲੇ ਦੰਦਾਂ ਨੂੰ। ਥੱਥਾ, ਦੱਦਾ, ਧੱਦਾ, ਨੰਨਾ, ਹੈ ਨਾ, ਤਾਂ ਇਹ ਕਿਹੜੀਆਂ ਧੁਨੀਆਂ ਨੇ? ਇਹ ਦੰਤੀ ਨੇ, ਦੰਤੀ ਯਾਨੀ ਦੰਦ ਨਾਲ, ਠੀਕ ਹੈ, ਜੀਭ ਦਾ ਜਿਹੜਾ ਪਹਿਲਾ ਹਿੱਸਾ ਆਪਣੇ ਦੰਦ ਨਾਲ ਟੱਚ ਹੁੰਦਾ ਹੈ। ਅਗਲੀ ਧੁਨੀਆਂ ਨੇ ਜੀ ਹੌਂਠੀ ਧੁਨੀਆਂ। ਪੰਜਾਬੀ ਦੀਆਂ ਕੁਝ ਵਿਅੰਜਨ ਧੁਨੀਆਂ ਦਾ ਉਚਾਰਨ ਜਿਹੜਾ ਹੈ ਹੌਂਠਾਂ ਨਾਲ ਹੁੰਦਾ ਹੈ, ਬੁੱਲਾਂ ਨਾਲ ਹੁੰਦਾ ਹੈ, ਠੀਕ ਹੈ। ਅੰਦਰੋਂ ਆਈ ਜਿਹੜੀ ਆਪਣੀ ਆਪਾਂ ਜਦੋਂ ਪ੍ਰੋਨਾਊਂਸ ਕਰਦੇ ਹਾਂ ਉਸ ਸਮੇਂ, ਜਿਵੇਂ ਪੱਪਾ, ਫੱਫਾ, ਬੱਬਾ, ਤਾਂ ਜਿਹੜੀ ਆਪਣੀ ਹਵਾ ਹੈ ਜਿਹੜੀ ਮੂੰਹੋਂ ਨਿਕਲਦੀ ਆ ਉਹ ਆਪਣੇ ਬੁੱਲਾਂ 'ਤੇ ਆ ਕੇ ਰੁਕਦੀ ਹੈ। ਜਿਵੇਂ ਤੁਸੀਂ ਪ੍ਰੋਨਾਊਂਸ ਕਰਕੇ ਦੇਖੋ, ਪੱਪਾ, ਫੱਫਾ, ਬੱਬਾ, ਭੱਬਾ, ਮੰਮਾ, ਹੈ ਨਾ, ਤਾਂ ਇਹ ਕਿਹੜੀ ਧੁਨੀਆਂ ਨੇ? ਇਹ ਹੈਗੀਆਂ ਨੇ ਹੌਂਠੀ ਧੁਨੀਆਂ। ਕਲੀਅਰ ਹੈ ਜੀ। ਲਾਸਟ ਬੱਚੀ ਆਪਣੇ ਕੋਲ ਸੁਰਯੰਤਰੀ ਜਾਂ ਫਿਰ ਸੁਰਤੰਤਰੀ। ਇਹਨੂੰ ਸੁਰਯੰਤਰੀ ਵੀ ਕਹਿ ਦਿੰਦੇ ਹਾਂ ਆਪਾਂ, ਸੁਰਤੰਤਰੀ ਵੀ ਕਹਿ ਦਿੰਦੇ ਹਾਂ। ਸਵਰਯੰਤਰ ਮੁੱਖ ਤੋਂ ਉਚਾਰੀ ਜਾਣ ਵਾਲੀ ਧੁਨੀ ਜਿਹੜੀ ਆ ਉਹ ਸੁਰਤੰਤਰੀ ਖਵਾਉਂਦੀ ਹੈ। ਇਸ ਨੂੰ ਦੇ ਵਿੱਚ ਆਪਾਂ ਸਿਰਫ ਇੱਕ ਲੈਂਦੇ ਹਾਂ ਜਿਹੜਾ ਹੈਗਾ ਹਾਹਾ, ਠੀਕ ਹੈ। ਜਿਹੜੀ ਹਾਹਾ ਧੁਨੀ ਹੈ ਉਹ ਸੁਰਯੰਤਰੀ ਜਾਂ ਸੁਰਤੰਤਰੀ ਧੁਨੀ ਹੈ, ਤੁਸੀਂ ਨੋਟ ਕਰ ਲਿਓ ਆਪਣਾ, ਠੀਕ ਹੈ ਜੀ। ਤਾਂ ਇਹ ਕੁਛ ਵਿਅੰਜਨ ਧੁਨੀਆਂ ਨੇ, ਇਹਨਾਂ ਦੇ ਜਿਹੜੇ ਉਚਾਰਨ ਸਥਾਨ ਨੇ ਇਹ ਜ਼ਰੂਰ ਨੋਟ ਕਰਕੇ ਰੱਖਿਓ। ਕਲੀਅਰ ਹੈ। ਤਾਂ ਹੁਣ ਦੇਖੋ ਪੰਜਾਬੀ ਭਾਸ਼ਾ ਦੀ ਵਰਣਮਾਲਾ ਦੇ ਦੋ ਟਾਈਪ ਆਪਾਂ ਨੇ ਕਰਨੇ ਸੀ। ਪਹਿਲਾਂ ਆਪਾਂ ਉਚਾਰਨ ਸਥਾਨ ਕਰ ਚੁੱਕੇ ਹਾਂ, ਹੁਣ ਆਪਾਂ ਪੜ੍ਹਾਂਗੇ ਉਚਾਰਨ ਢੰਗ। ਉਚਾਰਨ ਢੰਗ ਕੀ ਹੁੰਦਾ ਹੈ? ਦੇਖੋ ਜਿਹੜਾ ਉਚਾਰਨ ਢੰਗ ਹੈ ਉਸਦਾ ਮਤਲਬ ਹੈ ਕਿ ਆਪਾਂ ਧੁਨੀ ਨੂੰ ਉਚਾਰ ਕਿਵੇਂ ਰਹੇ ਹਾਂ, ਠੀਕ ਹੈ। ਫੇਫੜਿਆਂ ਤੋਂ ਆ ਰਹੀ ਆਪਣੀ ਹਵਾ ਨੂੰ ਉਚਾਰਨ ਸਥਾਨ ਉੱਤੇ ਜਿਸ ਢੰਗ ਨਾਲ ਰੋਕ ਕੇ ਛੱਡਿਆ ਜਾਂਦਾ ਹੈ ਉਸਨੂੰ ਆਪਾਂ ਉਚਾਰਨ ਵਿਧੀ ਜਾਂ ਉਚਾਰਨ ਢੰਗ ਕਹਿ ਦਿੰਦੇ ਹਾਂ। ਤਾਂ ਇਹਦੇ ਅਕੋਰਡਿੰਗ ਵੀ ਪੰਜਾਬੀ ਵਿਅੰਜਨਾਂ ਨੂੰ ਆਪਾਂ ਦੋ ਸ਼੍ਰੇਣੀਆਂ ਦੇ ਵਿੱਚ ਵੰਡ ਸਕਦੇ ਹਾਂ। ਇੱਕ ਹੁੰਦਾ ਡੱਕਵੇਂ ਵਿਅੰਜਨ, ਇੱਕ ਹੁੰਦਾ ਅਡੱਕਵੇਂ ਵਿਅੰਜਨ, ਠੀਕ ਹੈ। ਡੱਕਵੇਂ ਵਿਅੰਜਨ ਅਤੇ ਅਡੱਕਵੇਂ ਵਿਅੰਜਨ। ਹੁਣ ਜਿਵੇਂ ਤੁਹਾਨੂੰ ਪਤਾ ਹੈ ਕਿ ਆਪਣੀ ਜਿਹੜੀ ਪੰਜਾਬੀ ਦੀ ਵਰਣਮਾਲਾ ਹੈ ਉਹਦੇ ਜਿਹੜੇ ਵਰਗ ਨੇ, ਜਿਵੇਂ ਪਹਿਲਾ ਵਰਗ ਆ ਮੁੱਖ ਵਰਗ, ਫਿਰ ਕ ਵਰਗ, ਚ ਵਰਗ, ਟ ਵਰਗ, ਤ ਵਰਗ, ਹੈ ਨਾ, ਇਹ ਜਿਹੜੇ ਵਰਗ ਨੇ ਆਪਣੇ, ਇਹਨਾਂ ਵਿੱਚੋਂ ਜਿਹੜੇ ਪਹਿਲੇ ਤਿੰਨ ਤਿੰਨ ਅੱਖਰ ਨੇ ਕੱਕਾ, ਖੱਖਾ, ਗੱਗਾ, ਠੀਕ ਹੈ, ਅਤੇ ਇਹ ਨਾ ਪਹਿਲੇ ਤਿੰਨਾਂ ਨੂੰ ਛੱਡ ਕੇ ਉੜਾ ਅੜਾ ਇੜੀ ਨੂੰ ਤੁਸੀਂ ਵਿੱਚ ਇਨਕਲੂਡ ਨਾ ਕਰਿਓ, ਠੀਕ ਹੈ। ਕੱਕਾ, ਖੱਖਾ, ਗੱਗਾ, ਚੱਚਾ, ਛੱਛਾ, ਜੱਜਾ, ਟੈਂਕਾ, ਠੱਠਾ, ਡੱਡਾ, ਤਾਂ ਇਸ ਤਰ੍ਹਾਂ ਪਹਿਲੇ ਤਿੰਨ ਤਿੰਨ ਇਹਨਾਂ ਪੰਜਾਂ ਵਰਗਾਂ ਦੇ ਪਹਿਲੇ ਤਿੰਨ ਤਿੰਨ ਜਿਹੜੇ ਆਪਣੇ ਕੋਲ ਅੱਖਰ ਨੇ ਇਹ ਹੈਗੇ ਨੇ ਡੱਕਵੇਂ ਵਿਅੰਜਨ। ਕਿਹੜੇ ਵਿਅੰਜਨ ਨੇ ਜੀ? ਡੱਕਵੇਂ, ਠੀਕ ਹੈ। ਜੇਕਰ ਕੁਸ਼ਚਨ ਪੁੱਛਿਆ ਜਾਵੇ ਕਿ ਜੱਜਾ ਕਿਸ ਟਾਈਪ ਦਾ ਵਿਅੰਜਨ ਹੈ ਤਾਂ ਆਪਾਂ ਨੂੰ ਜੱਜਾ ਡੱਕਵੇਂ ਵਿਅੰਜਨ ਕਹਾਂਗੇ। ਹੁਣ ਜਿਹੜੇ ਡੱਕਵੇਂ ਵਿਅੰਜਨ ਹੁੰਦੇ ਨੇ ਉਹ ਕਿਹੜੇ ਹੁੰਦੇ ਨੇ? ਡੱਕਵੇਂ ਵਿਅੰਜਨਾਂ ਦੇ ਉਚਾਰਨ ਸਮੇਂ ਫੇਫੜਿਆਂ ਵਿੱਚੋਂ ਜਿਹੜੀ ਹਵਾ ਆਉਂਦੀ ਹੈ ਉਹ ਇੱਕਦਮ ਰੁਕ ਕੇ ਬਾਹਰ ਆ ਜਾਂਦੀ ਹੈ,
ਠੀਕ ਹੈ। ਇਸ ਤਰ੍ਹਾਂ ਉਚਾਰਨ ਹੋਣ ਵਾਲੇ ਵਿਅੰਜਨਾਂ ਨੂੰ ਢੱਕਵੇਂ ਵਿਅੰਜਨ ਕਹਿ ਦਿੰਦੇ ਹਾਂ, ਜਿਵੇਂ ਕੱਕਾ ਤੁਸੀਂ ਬੋਲ ਕੇ ਦੇਖ ਸਕਦੇ ਹੋ, ਠੀਕ ਹੈ। ਤਾਂ ਪੰਜਾਬੀ ਦੇ ਵਿੱਚ ਕ ਵਰਗ, ਚ ਵਰਗ, ਟ ਵਰਗ, ਤ ਵਰਗ, ਪ ਵਰਗ, ਇਹਨਾਂ ਦੇ ਪਹਿਲੇ ਤਿੰਨ ਤਿੰਨ ਅੱਖਰ ਜਿਹੜੇ ਨੇ ਉਹ ਢੱਕਵੇਂ ਵਿਅੰਜਨ ਨੇ, ਕਲੀਅਰ ਹੈ। ਤਾਂ ਇਹਨਾਂ 15 ਵਿਅੰਜਨਾਂ ਨੂੰ, ਜਿਹੜੇ ਆਪਣੇ 15 ਵਿਅੰਜਨ ਨੇ, ਕੱਕਾ, ਖੱਖਾ, ਗੱਗਾ ਤੋਂ ਲੈ ਕੇ ਪੱਪਾ, ਫੱਫਾ, ਬੱਬਾ ਤੱਕ, ਠੀਕ ਹੈ, ਇਹ ਜਿਹੜੇ 15 ਵਿਅੰਜਨਾਂ ਨੇ ਇਹਨਾਂ ਨੂੰ ਅੱਗੇ ਸਗੋਸ਼, ਅਘੋਸ਼ ਦੇ ਅਕੋਰਡਿੰਗ ਵੀ ਵੰਡਿਆ ਜਾਂਦਾ ਹੈ, ਆਪਾਂ ਬਾਅਦ 'ਚ ਦੇਖਾਂਗੇ। ਤਾਂ ਢੱਕਵੇਂ ਵਿਅੰਜਨ ਸਮਝ ਆ ਗਿਆ। ਹੁਣ ਆਪਾਂ ਪੜ੍ਹਦੇ ਹਾਂ ਅਢੱਕਵੇਂ ਵਿਅੰਜਨ। ਅਢੱਕਵੇਂ ਵਿਅੰਜਨ ਕਿਹੜੇ ਹੁੰਦੇ ਨੇ? ਅਢੱਕਵੇਂ ਵਿਅੰਜਨ ਦੇ ਉਚਾਰਨ ਸਮੇਂ ਫੇਫੜਿਆਂ ਵਿੱਚੋਂ ਜਿਹੜੀ ਹਵਾ ਨਿਕਲਦੀ ਹੈ ਉਹ ਉਚਾਰਨ ਸਥਾਨ ਉੱਤੇ ਪੂਰੀ ਤਰ੍ਹਾਂ ਰੋਕ ਨਹੀਂ ਪਾਉਂਦੀ ਹੈਗੀ, ਉਸਨੂੰ ਆਪਾਂ ਕਹਾਂਗੇ ਅਢੱਕਵੇਂ ਵਿਅੰਜਨ। ਅਤੇ ਅਢੱਕਵੇਂ ਵਿਅੰਜਨ ਦੇ ਵਿੱਚ ਕਿਹੜੇ ਕਿਹੜੇ ਆ ਗਏ? ਨਾਸਕੀ ਵਿਅੰਜਨ ਆ ਗਏ, ਸੰਘਰਸ਼ੀ ਵਿਅੰਜਨ ਆ ਗਏ, ਪਾਰਸ਼ਵਿਕ ਧੁਨੀਆਂ ਆ ਗਈਆਂ, ਫਟਕਵੇਂ ਵਿਅੰਜਨ ਆ ਗਏ। ਆਪਾਂ ਇੱਕ ਇੱਕ ਕਰਕੇ ਪੜ੍ਹਦੇ ਹਾਂ। ਪਹਿਲਾਂ ਆਪਾਂ ਪੜ੍ਹਦੇ ਹਾਂ ਨਾਸਕੀ ਵਿਅੰਜਨ, ਠੀਕ ਹੈ। ਤਾਂ ਇੱਥੇ ਦੇਖੋ ਜਿਹੜਾ ਆਪਣਾ ਨਾਸਕੀ ਵਿਅੰਜਨ ਹੈ ਆ ਇਹਦੇ ਵਿੱਚ ਹੈ, ਠੀਕ ਹੈ। ਹੁਣ ਦੇਖੋ ਪੰਜਾਬੀ ਦੇ ਅਢੱਕਵੇਂ ਵਿਅੰਜਨਾਂ ਨੂੰ ਕਿਹੜੇ ਕਿਹੜੇ ਆਪਾਂ ਜਿਹੜਾ ਵੰਡ ਸਕਦੇ ਹਾਂ, ਠੀਕ ਹੈ। ਅਢੱਕਵੇਂ ਆਪਾਂ ਪੜ੍ਹ ਚੁੱਕੇ ਹਾਂ, ਅਢੱਕਵੇਂ ਦੀ ਆਪਾਂ ਗੱਲ ਕਰ ਰਹੇ ਹਾਂ। ਪਹਿਲਾਂ ਆਪਾਂ ਨਾਸਕੀ ਦੀ ਗੱਲ ਕਰੀਏ, ਠੀਕ ਹੈ। ਨਾਸਕੀ ਵਿਅੰਜਨ ਉਹ ਹੁੰਦੇ ਨੇ ਜਿਸ ਦੇ ਵਿੱਚੋਂ ਜਿਹੜੀ ਆਪਣੀ ਹਵਾ ਫੇਫੜਿਆਂ ਵਿੱਚੋਂ ਨਿਕਲਦੀ ਹੈ ਉਹ ਨੱਕ ਦੇ ਰਸਤੇ ਤੋਂ ਬਾਹਰ ਆ ਜਾਂਦੀ ਹੈ। ਪੰਜਾਬੀ ਵਿੱਚ ਕਿੰਨੀਆਂ ਨਾਸਕੀ ਧੁਨੀਆਂ ਨੇ? 5 ਨੇ, ਠੀਕ ਹੈ। ਅੰਗਾਂ, ਅਈਆਂ, ਨਾਣਾ, ਨੰਨਾ, ਮੰਮਾ। ਉਸ ਤੋਂ ਬਾਅਦ ਹੈ ਸੰਘਰਸ਼ੀ ਵਿਅੰਜਨ। ਸੰਘਰਸ਼ੀ ਨਾਸਕੀ ਹੋ ਚੁੱਕਿਆ ਹੈ। ਸੰਘਰਸ਼ੀ ਵਿਅੰਜਨ ਕਿਹੜੇ ਹੁੰਦੇ ਨੇ? ਸੰਘਰਸ਼ੀ ਵਿਅੰਜਨ ਉਹ ਵਿਅੰਜਨ ਹੁੰਦੇ ਨੇ ਜਿਨ੍ਹਾਂ ਦੇ ਉਚਾਰਨ ਸਮੇਂ ਦੋ ਉਚਾਰਨ ਅੰਗ ਆਪਸ ਨੂੰ ਛੂੰਹਦੇ ਨਹੀਂ ਹੈਗੇ ਪਰ ਇੱਕ ਦੂਜੇ ਦੇ ਇੰਨੇ ਨੇੜੇ ਆ ਜਾਂਦੇ ਨੇ ਕਿ ਬਾਹਰ ਨੂੰ ਜਾਂਦਾ ਸਾਹ ਜਿਹੜਾ ਰਗੜ ਕੇ ਬਾਹਰ ਨਿਕਲਦਾ ਹੈ। ਜਿਵੇਂ ਤੁਸੀਂ ਬੋਲ ਕੇ ਦੇਖੋ ਸ਼ੀਸ਼ਾ, ਸੱਸਾ, ਹੈ ਨਾ। ਵੀ ਆਪਾਂ ਨੂੰ ਇੱਦਾਂ ਲੱਗਦਾ ਵੀ ਜਿਵੇਂ ਸਾਹ ਨੂੰ ਜਿਹੜਾ ਹੈ ਇੱਕ ਰਗੜ ਪੈ ਰਹੀ ਹੈ, ਇੱਕ ਖਹਿ ਹੋ ਰਹੀ ਹੈ, ਹਵਾ ਜਿਹੜੀ ਹੈ ਹੌਲੀ ਹੌਲੀ ਬਾਹਰ ਨਿਕਲਦੀ ਹੈ, ਠੀਕ ਹੈ। ਤਾਂ ਇਹ ਜਿਹੜੇ ਵਿਅੰਜਨ ਹੁੰਦੇ ਨੇ ਇਹ ਹੁੰਦੇ ਨੇ ਜੀ ਸੰਘਰਸ਼ੀ ਵਿਅੰਜਨ। ਇਹਦੇ ਵਿੱਚ ਅਕਸਰ ਪੈਰੀ ਬਿੰਦੀ ਵਾਲੇ ਜਿਹੜੇ ਨੇ ਇਨਕਲੂਡ ਹੋ ਜਾਂਦੇ ਨੇ, ਜਿਵੇਂ ਫੱਫੇ ਪੈਰ ਬਿੰਦੀ ਹੋ ਗਿਆ, ਸੱਸੇ ਪੈਰ ਬਿੰਦੀ ਹੋ ਗਿਆ, ਜੱਜੇ ਪੈਰ ਬਿੰਦੀ ਹੋ ਗਿਆ, ਠੀਕ ਹੈ। ਇਹ ਸਾਰੇ ਵਿਅੰਜਨ ਕਿਹੜੇ ਨੇ? ਸੰਘਰਸ਼ੀ ਵਿਅੰਜਨ ਨੇ। ਇਸ ਤੋਂ ਬਿਨਾਂ ਇੱਕ ਹੋਰ ਹੁੰਦਾ ਹੈ ਘੱਗਾ। ਘੱਗਾ ਨੂੰ ਤੁਸੀਂ ਬੋਲੋਗੇ ਤੁਹਾਨੂੰ ਮਹਿਸੂਸ ਹੋਊਗਾ ਵੀ ਇੱਕ ਰਗੜ ਮਹਿਸੂਸ ਹੋਊਗੀ ਤੁਹਾਨੂੰ ਮੂੰਹ 'ਚ, ਤਾਂ ਉਹ ਕਿਹੜੇ ਵਿਅੰਜਨ ਹੋਏ? ਸੰਘਰਸ਼ੀ ਵਿਅੰਜਨ ਹੋਏ, ਕਲੀਅਰ ਹੈ ਜੀ। ਉਸ ਤੋਂ ਬਾਅਦ ਹੈ ਆਪਣੇ ਕੋਲ ਪਾਰਸ਼ਵਿਕ ਧੁਨੀਆਂ ਜਾਂ ਪਾਰਸ਼ਵਿਕ ਵਿਅੰਜਨ ਤੁਸੀਂ ਕਹਿ ਸਕਦੇ ਹੋ ਸੈਕਿੰਡ 'ਤੇ। ਇਹਨਾਂ ਧੁਨੀਆਂ ਦੇ ਉਚਾਰਨ ਸਮੇਂ ਜਿਹੜੀ ਜੀਭ ਦੀ ਨੋਕ ਹੈ ਯਾਨੀ ਫਰੰਟ ਹਿੱਸਾ ਹੈ ਜੀਭ ਦਾ, ਉਹ ਤਾਲੂ ਨਾਲ ਲੱਗਦਾ ਹੈ ਅਤੇ ਹਵਾ ਸਾਈਡਾਂ ਤੋਂ ਬਾਹਰ ਨਿਕਲਦੀ ਹੈ। ਜਿਵੇਂ ਤੁਸੀਂ ਬੋਲ ਕੇ ਦੇਖੋ ਲੱਲੇ ਦੇ ਪੈਰ ਵਿੱਚ ਜਿਹੜੀ ਬਿੰਦੀ ਹੈ, ਇੱਕ ਤਾਂ ਹੁੰਦਾ ਲ, ਇੱਕ ਹੁੰਦਾ ਲ, ਦੋਨਾਂ ਦੇ ਵਿੱਚ ਫਰਕ ਹੈ। ਜਿਹੜੀ ਪੈਰੀ ਬਿੰਦੀ ਲ ਹੈ ਨਾ, ਇਹਨੂੰ ਆਪਾਂ ਪਾਰਸ਼ਵਿਕ ਤੋਂ ਨਹੀਂ ਕਹਿ ਦਿੰਦੇ ਹਾਂ, ਪਾਰਸ਼ਵਿਕ ਵਿਅੰਜਨ ਵੀ ਤੁਸੀਂ ਕਹਿ ਸਕਦੇ ਹੋ, ਠੀਕ ਹੈ। ਇਸੇ ਤਰ੍ਹਾਂ ਤੁਸੀਂ ਟੈਂਕਾ, ਟੈਂਕਾ ਕਹਿ ਕੇ ਦੇਖੋ ਜਿਹੜਾ ਟੈਂਕਾ ਹੈ ਅਤੇ ਲੱਲੇ ਪੈਰ ਬਿੰਦੀ ਹੈ, ਇਹ ਜਿਹੜੇ ਦੋ ਨੇ ਇਹ ਪਾਰਸ਼ਵਿਕ ਧੁਨੀਆਂ ਨੇ, ਠੀਕ ਹੈ। ਇਹਨਾਂ ਨੂੰ ਉਚਾਰਿਤ ਕਰਦੇ ਸਮੇਂ ਆਪਣੀ ਜਿਹੜੀ ਜੀਭ ਹੈ ਨਾ, ਉਹ ਇੱਕ ਤਰੀਕੇ ਨਾਲ ਤਾਲੂ ਨਾਲ ਲੱਗਦੀ ਹੈ, ਜਿਹੜੀ ਹਵਾ ਹੈ ਉਹ ਮੂੰਹ ਦੇ ਸਾਈਡਾਂ ਤੋਂ ਬਾਹਰ ਨਿਕਲ ਜਾਂਦੀ ਹੈ। ਤਾਂ ਇਹ ਕਿਹੜਾ ਵਿਅੰਜਨ ਹੋਇਆ? ਪਾਰਸ਼ਵਿਕ ਵਿਅੰਜਨ ਹੋਇਆ। ਉਸ ਤੋਂ ਬਾਅਦ ਹੈ ਆਪਣੇ ਕੋਲ ਅੜਾੜਾ। ਇਹਨੂੰ ਆਪਾਂ ਜਿਹੜਾ ਰਾੜਾ ਹੈ, ਠੀਕ ਹੈ, ਅੜਾੜਾ ਖਾਲੀ, ਇਹਨੂੰ ਆਪਾਂ ਫਟਕਵੇਂ ਵਿਅੰਜਨ ਕਹਿ ਦਿੰਦੇ ਹਾਂ। ਕੀ ਕਹਿ ਦਿੰਦੇ ਹਾਂ? ਫਟਕਵੇਂ, ਫਟਕਵੇਂ ਵਿਅੰਜਨ ਕਹਿੰਦੇ ਹਾਂ ਆਪਾਂ। ਅਤੇ ਇਸਨੂੰ ਹੋਰ ਆਪਾਂ ਟ੍ਰੀਲੀ ਵੀ ਕਹਿ ਸਕਦੇ ਹਾਂ, ਫਲੈਪ ਵੀ ਕਹਿ ਸਕਦੇ ਹਾਂ। ਫਿਲਹਾਲ ਤੁਸੀਂ ਫਟਕਵੇਂ ਯਾਦ ਰੱਖਿਓ, ਫਟਕਵੇਂ ਹੀ ਜ਼ਿਆਦਾ ਪੁੱਛਿਆ ਜਾਂਦਾ ਹੈ। ਇਸ ਦੇ ਉਚਾਰਨ ਸਮੇਂ ਜੀਭ ਜਿਹੜੀ ਹੈ ਤਾਲੂ ਨੂੰ ਛੂ ਕੇ ਫਿਰ ਇੱਕਦਮ ਝਟਕੇ ਨਾਲ ਹੇਠਾਂ ਆਉਂਦੀ ਹੈ, ਜਿਵੇਂ ਕਿ ਅੜਾੜਾ। ਤੁਸੀਂ ਅੜਾੜਾ ਬੋਲ ਕੇ ਦੇਖੋ ਤੁਹਾਨੂੰ ਪਤਾ ਲੱਗੇਗਾ ਕਿ ਪਹਿਲਾਂ ਤਾਂ ਤਾਲੂ ਨੂੰ ਛੂਹਿਆ ਆਪਣੀ ਜੀਭ ਨੇ, ਫਿਰ ਇੱਕਦਮ ਜੀਭ ਬਾਹਰ ਨੀਚੇ ਆ ਗਈ, ਹੈ ਨਾ। ਤਾਂ ਤੁਸੀਂ ਬੋਲ ਕੇ ਦੇਖੋ ਅੜਾੜਾ, ਤਾਂ ਉਹ ਹੁੰਦੀ ਹੈ ਜੀ ਫਟਕਵੇਂ ਵਿਅੰਜਨ, ਕਲੀਅਰ ਹੈ। ਅੱਗੇ ਹੈਗਾ ਆਪਣੇ ਕੋਲ ਰਾਰਾ। ਜਿਹੜਾ ਰਾਰਾ ਵਿਅੰਜਨ ਹੈ, ਠੀਕ ਹੈ, ਅੜਾੜਾ ਹੋਇਆ ਫੜਕਵੇਂ, ਜਿਹੜਾ ਰਾਰਾ ਏ ਉਹ ਕਿਹਦੇ ਵਿੱਚ ਆਇਆ? ਜਿਹੜਾ ਰਾਰਾ ਏ ਉਹਨੂੰ ਕਾਂਬਵੇਂ ਵਿਅੰਜਨ ਕਹਿ ਦਿੰਦੇ ਹਾਂ ਆਪਾਂ। ਕਿਹੜਾ ਵਿਅੰਜਨ ਕਹਿ ਦਿੰਦੇ ਹਾਂ ਜੀ? ਕਾਂਬਵੇਂ, ਠੀਕ ਹੈ। ਇਹਨਾਂ ਦੇ ਉਚਾਰਨ ਸਮੇਂ ਜਿਹੜੀ ਜੀਭ ਦੀ ਨੋਕ ਹੈ ਉਹ ਬੁੱਲ ਨੂੰ ਝਟਝਟਾ ਕੇ ਦੋ ਤਿੰਨ ਵਾਰੀ ਛੂੰਹਦੀ ਹੈ ਅਤੇ ਕੰਬਾਹਟ ਪੈਦਾ ਹੁੰਦੀ ਹੈ, ਜਿਵੇਂ ਤੁਸੀਂ ਬੋਲੋ ਰਾਰਾ।
ਰਾਰਾ ਬੋਲੋਗੇ ਤੁਹਾਨੂੰ ਮਹਿਸੂਸ ਹੋਊਗਾ ਵੀ ਤੁਹਾਡੀ ਜੀਭ 'ਤੇ ਕਿਤੇ ਨਾ ਕਿਤੇ ਕੰਬਾਹਟ ਮਹਿਸੂਸ ਹੋਊਗੀ, ਤਾਂ ਇਹ ਰਾਰਾ ਜਿਹੜਾ ਇਹ ਕਾਂਬਵੇ ਵਿਅੰਜਨ ਹੋਇਆ। ਕਲੀਅਰ ਹੈ? ਅਤੇ ਉਸ ਤੋਂ ਬਾਅਦ ਜਿਹੜਾ ਆਪਣਾ ਲਾਸਟ 'ਚ ਬਚਿਆ ਅਰਧ ਸਵਰ, ਉਹ ਆਪਾਂ ਨੂੰ ਪਤਾ ਹੈ ਇਹ ਸੰਘਰਸ਼ੀ ਧੁਨੀਆਂ ਅਤੇ ਸਵਰਾਂ ਦੇ ਵਿਚਾਲੇ ਦੀਆਂ ਧੁਨੀਆਂ ਹਨ। ਪੰਜਾਬੀ ਵਿੱਚ ਇਹ ਵਿਅੰਜਨ ਅਰਧ ਸਵਰ ਕਹਾਉਂਦੇ ਨੇ, ਜਿਸ ਦੇ ਵਿੱਚ ਆਪਾਂ ਯਈਆ, ਵਾਹਵਾ ਅਤੇ ਰਾਰਾ ਐਡ ਕਰ ਸਕਦੇ ਹਾਂ। ਠੀਕ ਹੈ, ਤਾਂ ਇਹ ਹੋਏ ਆਪਣੇ ਅਰਧ ਸਵਰ ਵਿਅੰਜਨ। ਕਲੀਅਰ ਹੈ? ਤਾਂ ਇਸ ਦੇ ਨਾਲ ਹੀ ਆਪਣੀ ਸਾਰੀਆਂ ਜਿਹੜੀਆਂ ਖੰਡੀ ਧੁਨੀਆਂ ਨੇ ਉਹ ਕਵਰ ਹੋ ਗਈਆਂ। ਇੱਕ ਵਾਰੀ ਦੁਬਾਰਾ ਮੈਂ ਤੁਹਾਨੂੰ ਬਿਲਕੁਲ ਬਰੀਫ ਦੇ ਵਿੱਚ ਖੰਡੀ ਧੁਨੀਆਂ ਰਿਪੀਟ ਕਰ ਰਹੀ ਹਾਂ। ਦੋ ਟਾਈਪ ਨਾਲ ਆਪਾਂ ਨੇ ਧੁਨੀਆਂ ਵੰਡੀਆਂ ਸੀ, ਖੰਡੀ ਧੁਨੀਆਂ, ਅਖੰਡੀ। ਅਖੰਡੀ ਆਪਾਂ ਅੱਗੇ ਪੜ੍ਹਾਂਗੇ। ਖੰਡੀ ਧੁਨੀਆਂ ਕਿਹੜੀ ਸੀ? ਜਿਹਨਾਂ ਦੇ ਵਿੱਚੋਂ ਸ਼ਬਦਾਂ ਨੂੰ ਅਲੱਗ ਕੀਤਾ ਜਾ ਸਕਦਾ, ਜਿਵੇਂ ਕੱਕਾ, ਗੱਗਾ, ਮੰਮਾ। ਅਤੇ ਅਖੰਡੀ ਧੁਨੀਆਂ ਉਹ ਸੀ ਜਿਹੜੀਆਂ ਅਲੱਗ ਨਹੀਂ ਹੁੰਦੀਆਂ, ਸਗੋਂ ਖੰਡੀ ਧੁਨੀਆਂ ਦੇ ਨਾਲ ਜੋੜ ਕੇ ਹੀ ਬੋਲੀਆਂ ਜਾਂਦੀਆਂ ਨੇ, ਜਿਵੇਂ ਬਿੰਦੀ, ਟਿੱਪੀ, ਅੱਧਕ ਆਦਿ। ਠੀਕ ਹੈ, ਅਤੇ ਪੰਜਾਬੀ ਦੀ ਖੰਡੀ ਧੁਨੀਆਂ ਦੇ ਵਿੱਚ ਸਵਰ ਹੁੰਦੇ ਨੇ, ਸਵਰ ਧੁਨੀਆਂ ਹੁੰਦੀਆਂ ਨੇ। ਠੀਕ ਹੈ, ਜਿਹੜੇ ਸਵਰ ਨੇ ਉਹ ਮਾਤਰਾ ਦੇ ਆਧਾਰ 'ਤੇ ਦੋ ਤਰ੍ਹਾਂ ਦੇ ਨੇ, ਲਘੂ ਅਤੇ ਦੀਰਘ। ਬੁੱਲਾਂ ਦੀ ਸਥਿਤੀ ਦੇ ਆਧਾਰ 'ਤੇ ਦੋ ਤਰ੍ਹਾਂ ਦੇ ਨੇ, ਗੁਲਾਈਦਾਰ ਅਤੇ ਗੁਲਾਈ ਰਹਿਤ। ਠੀਕ ਹੈ, ਅਤੇ ਪੰਜਾਬੀ ਧੁਨੀਆਂ ਨੂੰ ਦੋ ਆਧਾਰ 'ਤੇ ਵੰਡਿਆ ਜਾਂਦਾ, ਉਚਾਰਨ ਸਥਾਨ ਅਤੇ ਉਚਾਰਨ ਢੰਗ। ਉਚਾਰਨ ਸਥਾਨ ਦੇ ਵਿੱਚ ਆਪਾਂ ਨੇ ਕੰਠੀ, ਤਾਲਵੀ, ਦੰਤੀ, ਹੋਂਠੀ ਇਹ ਧੁਨੀਆਂ ਪੜ੍ਹੀਆਂ ਨੇ। ਉਚਾਰਨ ਢੰਗ ਦੇ ਵਿੱਚ ਆਪਾਂ ਨੇ ਪੰਜ ਚੀਜ਼ਾਂ ਪੜ੍ਹੀਆਂ ਨੇ, ਢੱਕਵੇਂ ਵਿਅੰਜਨ, ਅਢੱਕਵੇਂ ਵਿਅੰਜਨ। ਅਢੱਕਵੇਂ ਵਿਅੰਜਨ ਦੇ ਵਿੱਚ ਵੀ ਆਪਾਂ ਨੇ ਨਾਸਕੀ, ਸੰਘਰਸ਼ੀ, ਪਾਰਸ਼ਵਿਕ ਜਿਹੜੀਆਂ ਨੇ ਸਾਰੀ ਕਵਰ ਕਰੀਆਂ ਨੇ। ਠੀਕ ਹੈ, ਤਾਂ ਇਹ ਸਾਰੀਆਂ ਕਿਹੜੀਆਂ ਧੁਨੀਆਂ ਹੋਈਆਂ? ਇਹ ਆਪਣੀਆਂ ਹੋਈਆਂ ਜੀ ਖੰਡੀ ਧੁਨੀਆਂ। ਕਲੀਅਰ ਹੈ? ਸਾਰੀ ਚੀਜ਼ਾਂ ਜਿਹੜੀਆਂ ਤੁਹਾਨੂੰ ਕਲੀਅਰ ਸਮਝ ਆ ਗਈਆਂ? ਜੇਕਰ ਕਿਸੇ ਵੀ ਕੁਐਸਚਨ ਦੇ ਵਿੱਚ ਤੁਹਾਨੂੰ ਡਾਊਟ ਹੋਵੇ, ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਬੇਝਿਜਕ ਹੋ ਕੇ ਜਿਹੜਾ ਪੁੱਛ ਲੈਣਾ ਹੈ। ਕਲੀਅਰ ਹੈ? ਹੁਣ ਆਪਾਂ ਵੱਧਦੇ ਹਾਂ ਅਖੰਡੀ ਧੁਨੀਆਂ ਵੱਲ। ਅਖੰਡੀ ਧੁਨੀਆਂ ਕਿਹੜੀਆਂ ਹੁੰਦੀਆਂ ਨੇ? ਤਾਂ ਹੁਣ ਦੇਖੋ ਜਿਹੜੀਆਂ ਅਖੰਡੀ ਧੁਨੀਆਂ ਨੇ, ਠੀਕ ਹੈ, ਅਖੰਡੀ ਧੁਨੀਆਂ ਉਹ ਹੁੰਦੀਆਂ ਨੇ ਜਿਨ੍ਹਾਂ ਨੂੰ ਸਵਰਾਂ ਅਤੇ ਵਿਅੰਜਨਾਂ ਵਾਂਗ ਵੱਖ ਵੱਖ ਨਹੀਂ ਕੀਤਾ ਜਾ ਸਕਦਾ, ਯਾਨੀ ਉਹਨਾਂ ਨੂੰ ਅਲੱਗ ਨਹੀਂ ਕਰ ਸਕਦੇ। ਨਾਮ ਤੋਂ ਹੀ ਪਤਾ ਲੱਗ ਰਿਹਾ, ਅਖੰਡੀ ਹੈ ਨਾ, ਅਖੰਡੀ ਯਾਨੀ ਜਿਨ੍ਹਾਂ ਦੇ ਵਿੱਚ ਆਪਾਂ ਖੰਡ ਨਹੀਂ ਕਰ ਸਕਦੇ, ਹਿੱਸੇ ਨਹੀਂ ਕਰ ਸਕਦੇ ਹੈਗੇ। ਇਹ ਧੁਨੀਆਂ ਇਕੱਲੀਆਂ ਕਦੇ ਨਹੀਂ ਆ ਸਕਦੀਆਂ, ਸਗੋਂ ਕਿਸੇ ਧੁਨੀ, ਕਿਸੇ ਖੰਡੀ ਧੁਨੀ ਦੇ ਸਮੂਹ ਨਾਲ ਹੀ ਇਹ ਆਉਂਦੀਆਂ ਹਨ। ਇਹਨਾਂ ਵਿੱਚ ਜਿਹੜੀਆਂ ਨੇ ਸੁਰ ਹੁੰਦਾ ਹੈ, ਨਾਸਿਕਤਾ ਹੁੰਦੀ ਹੈ, ਅੱਖਰ ਦੇ ਉੱਤੇ ਬਲ ਦਿੱਤਾ ਜਾਂਦਾ ਹੈ। ਠੀਕ ਹੈ, ਟਕਸਾਲੀ ਪੰਜਾਬੀ ਜਿਸ ਦੀਆਂ ਧੁਨੀਆਂ ਦਾ ਜਿਹੜਾ ਇਹ ਕਹਿ ਲਓ ਵੀ ਆਪਣੀਆਂ ਧੁਨੀਆਂ ਨੇ, ਉਹਨਾਂ ਦੇ ਵਿੱਚ ਤਿੰਨ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ। ਅਖੰਡੀ ਧੁਨੀਆਂ ਦੇ ਵਿੱਚ ਤਿੰਨ ਚੀਜ਼ਾਂ ਕੰਮ ਕਰਦੀਆਂ ਨੇ, ਪਹਿਲਾ ਹੈਗਾ ਨਾਸਿਕਤਾ, ਠੀਕ ਹੈ, ਸੈਕਿੰਡ ਹੈ ਬਲ, ਅਤੇ ਥਰਡ ਹੈ ਆਪਣੇ ਕੋਲ ਸੁਰ। ਸੁਰ ਦੇ ਵਿੱਚ ਪੜ੍ਹਾਂਗੇ ਆਪਾਂ ਉੱਚਾ, ਨੀਵਾਂ ਸਿਰ ਅਤੇ ਮੱਧਵਰਤੀ ਸੁਰ। ਪਹਿਲਾਂ ਆਪਾਂ ਨਾਸਿਕਤਾ ਬਾਰੇ ਪੜ੍ਹਦੇ ਹਾਂ। ਜਿਹੜਾ ਨਾਸਿਕਤਾ ਹੈ ਆਪਣੇ ਕੋਲ, ਠੀਕ ਹੈ, ਜਿਹੜਾ ਆਪਣੇ ਕੋਲ ਨਾਸਿਕਤਾ ਹੈ, ਉਹ ਹੁੰਦਾ ਵੀ ਜਦੋਂ ਕਿਸੇ ਸਵਰ ਦੇ ਉਚਾਰਨ ਸਮੇਂ ਸਾਹ ਦਾ ਕੁਝ ਹਿੱਸਾ ਨੱਕ ਦੇ ਦੁਆਰਾ ਨਿਕਲੇ, ਉਸਨੂੰ ਆਪਾਂ ਨਾਸਿਕਤਾ ਦਾ ਨਾਮ ਦੇਖ ਸਕਦੇ ਹਾਂ। ਠੀਕ ਹੈ, ਜਿਵੇਂ ਬਿੰਦੀ, ਟਿੱਪੀ, ਅੱਧਕ ਹੋ ਗਿਆ। ਠੀਕ ਹੈ, ਤਾਂ ਇਹ ਚੀਜ਼ ਕਿਹਦੀ 'ਚ ਆ ਗਈ? ਅਖੰਡੀ 'ਚ ਆ ਗਈ। ਇਸ ਤੋਂ ਬਿਨਾਂ ਇੱਕ ਬਲ ਹੁੰਦਾ, ਯਾਨੀ ਸਟ੍ਰੈਸ, ਕਿਸੇ ਵੀ ਅੱਖਰ ਨੂੰ ਬੋਲਣ ਲੱਗੇ ਜਦੋਂ ਆਪਾਂ ਸਟ੍ਰੈਸ ਦਿੰਦੇ ਹਾਂ, ਬਲ ਦਿੰਦੇ ਹਾਂ, ਉਹ ਵੀ ਅਖੰਡੀ ਧੁਨੀ ਦੇ ਵਿੱਚ ਆ ਗਿਆ। ਠੀਕ ਹੈ, ਜਿਵੇਂ ਆਪਾਂ ਅੱਧਕ ਬੋਲਦੇ, ਅੱਧਕ ਨੂੰ ਯੂਜ਼ ਕਰਦੇ ਹਾਂ, ਹੈ ਨਾ। ਇੱਕ ਹੁੰਦਾ ਦਸ ਦਸ, ਬਿਲਕੁਲ ਆਪਾਂ ਬੋਲਤਾ। ਇੱਕ ਹੁੰਦਾ ਦਸ, ਜ਼ੋਰ ਪੈ ਗਿਆ ਨਾ ਉਹਦੇ 'ਤੇ ਦੱਦੇ ਦੇ ਉੱਪਰ, ਤਾਂ ਉਹ ਜਿਹੜਾ ਇਹ ਸਟ੍ਰੈਸ ਪਿਆ, ਬਲ ਪਿਆ, ਉਹ ਕਿਹਦੇ ਵਿੱਚ ਆ ਗਿਆ? ਅਖੰਡੀ ਧੁਨੀ ਦੇ ਵਿੱਚ ਆ ਗਿਆ। ਕਲੀਅਰ ਹੈ? ਜਿਵੇਂ ਇੱਕ ਹੁੰਦਾ ਜੁੱਤੀ, ਹੈ ਨਾ, ਇਹਨੂੰ ਤੁਸੀਂ ਪੜ੍ਹੋ, ਇਹਨੂੰ ਤੁਸੀਂ ਪੜ੍ਹੋਗੇ ਜੁੱਤੀ, ਪਰ ਜੇ ਤੁਸੀਂ ਇਹਨੂੰ ਇੱਥੇ ਅੱਧਕ ਲਗਾ ਦੇ ਤਾਂ ਤੁਸੀਂ ਪੜ੍ਹੋਗੇ ਇਹਨੂੰ ਜੁੱਤੀ, ਜ਼ੋਰ ਪਾਤਾ, ਯਾਨੀ ਤੁਸੀਂ ਦੋ ਵਾਰੀ ਜੱਜਾ ਇੱਕ ਤਰੀਕੇ ਨਾਲ ਸ਼ੋ ਕਰ ਰਹੇ ਹੋ ਬੋਲਣ ਦੇ ਵਿੱਚ। ਕਲੀਅਰ ਹੈ? ਥਰਡ ਆਪਣੇ ਕੋਲ ਹੁੰਦਾ ਜੀ ਸੁਰ, ਯਾਨੀ ਟੋਨ। ਹੁਣ ਜਿਹੜਾ ਸੁਰ ਹੈ ਪੰਜਾਬੀ ਭਾਸ਼ਾ ਦੇ ਵਿੱਚ, ਇਹ ਤਿੰਨ ਤਰ੍ਹਾਂ ਦੇ ਹੁੰਦੇ ਨੇ। ਠੀਕ ਹੈ, ਕਿੰਨੇ ਤਰ੍ਹਾਂ ਦੇ ਹੁੰਦੇ ਨੇ? ਤਿੰਨ ਤਰ੍ਹਾਂ ਦੇ ਹੁੰਦੇ ਨੇ ਸੁਰ। ਜਿਹੜਾ ਸੁਰ ਹੈ ਇਹ ਇੱਕ ਖੰਡੀ ਧੁਨੀ ਹੁੰਦਾ, ਇਹ ਸੁਰ ਦਾ ਸੰਬੰਧ ਜਿਹੜਾ ਸੁਰਤੰਦਾਂ ਨਾਲ ਹੁੰਦਾ ਹੈ। ਕਲੀਅਰ ਹੈ? ਹੁਣ ਦੇਖੋ ਜਿਹੜੀ ਸੁਰ ਹੈ,
ਉਹ ਆਪਣੇ ਆਪ ਵਿੱਚ ਇੱਕ ਸਾਰਥਕ ਵਰਤੋਂ ਦੇ ਅਕੋਰਡਿੰਗ ਹੁੰਦਾ ਹੈ। ਠੀਕ ਹੈ, ਇਹ ਪੰਜਾਬੀ ਦਾ ਪਛਾਣ ਚਿੰਨ੍ਹ ਹੈ। ਕੋਈ ਵੀ ਭਾਸ਼ਾ ਤੁਸੀਂ ਦੇਖੋਗੇ, ਜ਼ਰੂਰੀ ਨਹੀਂ ਕਿ ਉਹਦੇ ਵਿੱਚ ਸੁਰਾਂ ਦੀ ਵਰਤੋਂ ਹੋਵੇ, ਲੇਕਿਨ ਜਿਹੜੀ ਪੰਜਾਬੀ ਭਾਸ਼ਾ ਉਹਦੇ ਵਿੱਚ ਹਮੇਸ਼ਾ ਸੁਰਾਂ ਦੀ ਵਰਤੋਂ ਹੁੰਦੀ ਹੈ, ਤਾਂ ਕਰਕੇ ਇਹ ਜਿਹੜਾ ਸੁਰ ਨੇ ਇਹ ਪੰਜਾਬੀ ਭਾਸ਼ਾ ਦੀ ਇੱਕ ਤਰ੍ਹਾਂ ਦੀ ਪਛਾਣ ਨੇ। ਹੁਣ ਦੇਖੋ, ਪੰਜਾਬੀ ਜਿਹੜੀ ਆ ਇੱਕ ਸੁਰਾਤਮਿਕ ਭਾਸ਼ਾ ਹੈ। ਪੰਜਾਬੀ ਕੀ ਹੈ? ਇੱਕ ਸੁਰਾਤਮਿਕ ਭਾਸ਼ਾ, ਯਾਨੀ ਇਸ ਦੇ ਵਿੱਚ ਸੁਰਾਂ ਦੀ ਵਰਤੋਂ ਕੀਤੀ ਜਾਂਦੀ ਹੈ, ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ। ਹੁਣ ਜਿਹੜੇ ਪੰਜਾਬੀ ਦੇ ਸੁਰ ਨੇ ਉਹ ਤਿੰਨ ਤਰ੍ਹਾਂ ਦੇ ਨੇ। ਕਿਹੜੇ ਕਿਹੜੇ ਨੇ? ਉੱਚਾ ਸੁਰ, ਮੱਧ ਸੁਰ, ਨੀਵਾਂ ਸੁਰ। ਠੀਕ ਹੈ, ਉੱਚਾ ਸੁਰ, ਮੱਧ ਸੁਰ, ਨੀਵਾਂ ਸੁਰ। ਮੱਧ ਸੁਰ ਨੂੰ ਮੱਧਵਰਤੀ ਸੁਰ ਵੀ ਕਹਿ ਦਿੰਦੇ ਹਾਂ ਆਪਾਂ, ਲੇਕਿਨ ਪਹਿਲਾਂ ਦੇ ਟਾਈਮ ਦੇ ਵਿੱਚ ਇਹਨੂੰ ਚੜ੍ਹਦੀ ਸੁਰ, ਸਮਾਂਤਰ ਸੁਰ ਅਤੇ ਡਿੱਗਦੀ ਸੁਰ ਕਹਿੰਦੇ ਸੀ। ਇਹ ਵੀ ਤੁਸੀਂ ਜਿਹੜਾ ਆਪਣਾ ਨੋਟ ਕਰਕੇ ਰੱਖਿਓ। ਹੁਣ ਜੇ ਆਪਾਂ ਗੱਲ ਕਰ ਲਈਏ ਕਿ ਨੀਵੀਂ ਸੁਰ ਕਿਹੜੀ ਹੁੰਦੀ ਹੈ ਅਤੇ ਉੱਚੀ ਸੁਰ ਕਿਹੜੀ ਹੁੰਦੀ ਹੈ, ਇੱਕ ਉਦਾਹਰਨ ਦੇ ਨਾਲ ਆਪਾਂ ਸਮਝਦੇ ਹਾਂ। ਜਿਹੜੀ ਆਪਣੀ ਵਰਣਮਾਲਾ ਹੈ, ਵਰਣਮਾਲਾ 'ਚ ਚੱਲਦੇ ਹਾਂ ਆਪਾਂ, ਆਰੀ ਵਰਣਮਾਲਾ। ਹੁਣ ਜਿਹੜੀ ਇਹ ਵਰਣਮਾਲਾ ਹੈ ਆਪਣੇ ਕੋਲ, ਠੀਕ ਹੈ, ਇਹਨੂੰ ਕ ਵਰਗ ਤੋਂ ਲੈ ਕੇ ਆਪਾਂ ਪ ਵਰਗ ਤੱਕ ਲੈ ਕੇ ਚੱਲਦੇ ਹਾਂ ਇੱਥੇ ਤੱਕ। ਠੀਕ ਹੈ, ਹੁਣ ਦੇਖੋ ਜਿਹੜੇ ਆਪਣੇ ਕੋਲ ਇਹ ਅੱਖਰ ਨੇ, ਜਿਵੇਂ ਆਪਣੇ ਕੋਲ ਹੋ ਗਿਆ ਘੱਗਾ, ਝੱਜਾ, ਢੱਡਾ, ਧੱਦਾ, ਭੱਬਾ, ਇਹਨਾਂ ਪੰਜ ਅੱਖਰਾਂ ਨੂੰ ਲੈ ਕੇ ਚੱਲੋ। ਇਹ ਪਿਛਲਿਆਂ ਨੂੰ ਛੱਡ ਦਿਓ, ਜਿਹੜੇ ਨਾਸਕੀ ਵਿਅੰਜਨ ਨੇ ਇਹਨਾਂ ਦੀ ਗੱਲ ਨਹੀਂ ਕਰ ਰਹੇ ਆਪਾਂ, ਹਲੇ ਘੱਗੇ ਤੋਂ ਲੈ ਕੇ ਭੱਬੇ ਦੀ ਗੱਲ ਕਰ ਰਹੇ ਹਾਂ। ਜਿਹੜੇ ਆਪਣੇ ਘੱਗਾ, ਝੱਜਾ, ਢੱਡਾ, ਧੱਦਾ, ਭੱਬਾ ਵਿਅੰਜਨ ਨੇ, ਜਦੋਂ ਇਹਨਾਂ ਤੋਂ ਕੋਈ ਆਪਾਂ ਅੱਖਰ ਬੋਲਦੇ ਹਾਂ, ਜਿਵੇਂ ਘੱਗੇ ਤੋਂ ਬੋਲ ਦਿਓ ਘੱਗਾ ਘਰ, ਘੱਗਾ ਘੋੜਾ, ਹੈ ਨਾ, ਆਪਾਂ ਇਹ ਅੱਖਰ ਬੋਲਦੇ ਹਾਂ, ਤਾਂ ਹੁਣ ਜਦੋਂ ਇਹ ਅੱਖਰ ਬੋਲ ਰਹੇ ਹਾਂ, ਸ਼ਬਦ ਬੋਲ ਰਹੇ ਹਾਂ, ਤੁਸੀਂ ਇਹਨੂੰ ਵਾਰ ਵਾਰ ਬੋਲ ਕੇ ਦੇਖੋ, ਘਰ ਘਰ ਘਰ, ਤੁਸੀਂ ਮਹਿਸੂਸ ਕਰੋਗੇ ਕਿ ਤੁਸੀਂ ਘੱਗਾ ਰਾਰਾ ਘਰ ਨਹੀਂ ਬੋਲ ਰਹੇ, ਤੁਸੀਂ ਕੱਕਾ ਰਾਰਾ ਘਰ ਬੋਲ ਰਹੇ ਹੋ। ਐਵੇਂ ਤੁਸੀਂ ਘੋੜਾ 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 ਵਾਰ ਵਾਰ ਬੋਲੋਗੇ, ਤੁਹਾਨੂੰ ਲੱਗੂਗਾ ਕਿ ਤੁਸੀਂ ਘੋੜਾ ਬੋਲ ਰਹੇ ਹੋ, ਕੱਕੇ ਵਾਲਾ। ਠੀਕ ਹੈ, ਘੋੜਾ 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 ਘੋੜਾ, ਹੈ ਨਾ, ਇੱਕ ਐਟ ਦੀ ਪੁਆਇੰਟ ਜਾ ਕੇ ਆਪਣੇ ਕੋਲ ਘੋੜਾ ਹੋ ਜਾਣਾ ਹੈ ਉਹ। ਤਾਂ ਜਿਹੜੇ ਇਹ ਅੱਖਰ ਨੇ ਘੱਗਾ, ਝੱਜਾ, ਢੱਡਾ, ਧੱਦਾ, ਭੱਬਾ, ਠੀਕ ਹੈ, ਇਹਨਾਂ ਤੋਂ ਕੋਈ ਵੀ ਅੱਖਰ ਜਦੋਂ ਆਪਾਂ ਯੂਜ਼ ਕਰਦੇ ਹਾਂ ਅਤੇ ਜਦੋਂ ਵਾਰ ਵਾਰ ਬੋਲਦੇ ਹਾਂ, ਤਾਂ ਉਹ ਆਪਣਾ ਰੂਪ ਛੱਡ ਕੇ ਆਪਣੇ ਪਹਿਲੇ ਵਰਗ ਦੇ, ਜਿਹੜਾ ਉਹਨਾਂ ਦਾ ਵਰਗ ਹੈ, ਪਹਿਲੇ ਅੱਖਰਾਂ ਦੀ ਵਰਤੋਂ ਕਰਨ ਲੱਗ ਜਾਂਦੇ ਨੇ। ਜਿਵੇਂ ਝੱਜਾ ਲਾ ਲਓ, ਝੱਜੇ ਤੋਂ ਹੈਗਾ ਆਪਣਾ ਝਗੜਾ, ਹੈ ਨਾ, ਝਗੜਾ, ਤੁਸੀਂ ਝਗੜਾ 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 ਬੋਲੋ, ਤੁਸੀਂ ਮਹਿਸੂਸ ਕਰੋਗੇ ਕਿ ਤੁਸੀਂ ਚੱਚੇ ਤੋਂ ਬੋਲ ਰਹੇ ਹੋ ਝਗੜਾ। ਠੀਕ ਹੈ, ਐਵੇਂ ਤੁਸੀਂ ਢੱਡੇ 'ਤੇ ਬੋਲੋ, ਜਿਵੇਂ ਢੱਕਣ 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 ਢੱਕਣ, ਤੁਸੀਂ ਮਹਿਸੂਸ ਕਰੋਗੇ ਤੁਸੀਂ ਟੈਂਕੇ 'ਤੇ ਬੋਲ ਰਹੇ ਹੋ ਢੱਕਣ, ਹੈ ਨਾ। ਧੱਦੇ ਤੋਂ ਬੋਲੋਗੇ ਧੋਬੀ ਧੋਬੀ ਧੋਬੀ, ਤੁਹਾਨੂੰ ਲੱਗੂਗਾ ਤੁਸੀਂ ਤੱਤੇ ਤੋਂ ਬੋਲ ਰਹੇ ਹੋ ਧੋਬੀ। ਤਾਂ ਇਹ ਜਿਹੜੀ ਸੁਰ ਹੁੰਦੀ ਹੈ, ਜਦੋਂ ਜਿਹੜੇ ਇਹ ਅੱਖਰ ਨੇ ਘੱਗਾ, ਝੱਜਾ, ਜਦੋਂ ਇਹ ਆਪਣੀ ਆਵਾਜ਼ ਕੱਢਣ ਦੀ ਬਜਾਏ ਆਪਣੇ ਵਰਗ ਦੇ ਪਹਿਲੇ ਅੱਖਰਾਂ ਦੀ ਆਵਾਜ਼ ਕੱਢਦੇ ਨੇ, ਠੀਕ ਹੈ, ਤਾਂ ਉਸਨੂੰ ਆਪਾਂ ਕੀ ਕਹਿ ਦਿੰਦੇ ਹਾਂ? ਨੀਵੀਂ ਸੁਰ ਕਹਿ ਦਿੰਦੇ ਹਾਂ। ਠੀਕ ਹੈ, ਯਾਨੀ ਜਦੋਂ ਪਹਿਲੇ ਅੱਖਰ ਦੀ ਆਵਾਜ਼ ਕੱਢੇ, ਜਿਵੇਂ ਢੱਡਾ ਏ ਉਹ ਟੈਂਕੇ ਦੀ ਆਵਾਜ਼ ਕੱਢੇ, ਧੱਦਾ ਏ ਉਹ ਤੱਤੇ ਦੀ ਆਵਾਜ਼ ਕੱਢੇ, ਭੱਬਾ ਏ ਭੁੱਪੇ ਦੀ ਆਵਾਜ਼ ਕੱਢੇ, ਤਾਂ ਉਹ ਕਿਹੜੀ ਸੁਰ ਹੋ ਗਈ? ਉਹ ਨੀਵੀਂ ਸੁਰ ਹੋ ਗਈ। ਠੀਕ ਹੈ, ਇੰਨੀ ਗੱਲ ਸਮਝ ਆ ਗਈ। ਲੇਕਿਨ ਜਦੋਂ ਹੁਣ ਇਹੀ ਅੱਖਰ ਲਾਸਟ ਦੇ ਵਿੱਚ ਆ ਜਾਣ, ਜਿਵੇਂ ਪਹਿਲਾਂ ਤਾਂ ਦੇਖੋ ਘੱਗਾ ਰਾਰਾ ਘਰ, ਘੱਗਾ ਘੋੜਾ, ਯਾਨੀ ਫਸਟ 'ਤੇ ਆ ਰਿਹਾ ਸੀ, ਹੁਣ ਇਹੀ ਅੱਖਰ ਪਿੱਛੇ ਆ ਜਾਣ, ਲਾਸਟ ਦੇ ਵਿੱਚ ਆ ਜਾਣ। ਠੀਕ ਹੈ, ਜਿਵੇਂ ਐਗਜ਼ਾਮਪਲ ਦੇ ਤੌਰ 'ਤੇ ਆਪਾਂ ਚੱਲਦੇ ਹਾਂ, ਕੋਈ ਵੀ ਐਗਜ਼ਾਮਪਲ ਲੈ ਲਓ ਤੁਸੀਂ, ਇੱਥੇ ਤੁਸੀਂ ਲੈ ਕੇ ਚੱਲੋ ਚੱਡਾ, ਹੈ ਨਾ, ਕਿਸੇ ਕਈਆਂ ਦੀ ਗੋਤ ਹੁੰਦੀ ਹੈ, ਸਰਨੇਮ ਹੁੰਦਾ ਹੈ ਚੱਡਾ, ਤਾਂ ਹੁਣ ਜਿਹੜਾ ਇਹ ਢੱਡਾ ਏ, ਇਹ ਤੁਸੀਂ ਇੱਥੇ ਢੱਡੇ ਦੀ ਆਵਾਜ਼ ਨਹੀਂ ਕੱਢ ਰਹੇ, ਤੁਸੀਂ ਇਹ ਤੋਂ ਪਹਿਲੇ ਦੀ ਆਵਾਜ਼ ਕਰ ਰਹੇ ਹੋ, ਡੱਡੇ ਦੀ, ਇਹਦੀ। ਠੀਕ ਹੈ, ਢੱਡੇ ਦੀ ਬਜਾਏ ਤੁਸੀਂ ਡੱਡੇ ਦੀ ਆਵਾਜ਼ ਕੱਢ ਰਹੇ ਹੋ, ਕਲੀਅਰ ਹੈ। ਇਸੇ ਤਰ੍ਹਾਂ ਆਪਾਂ ਇੱਕ ਹੋਰ ਐਗਜ਼ਾਮਪਲ ਲੈ ਕੇ ਚੱਲੀਏ, ਜਿਵੇਂ ਆਪਣੇ ਕੋਲ ਹੋ ਗਿਆ ਕੋਈ ਹੋਰ ਐਗਜ਼ਾਮਪਲ ਚੱਲੀਏ ਆਪਾਂ ਲੈ ਕੇ, ਜਿਵੇਂ ਤੁਸੀਂ ਬੋਲ ਰਹੇ ਹੋ ਕਰਤ, ਠੀਕ ਹੈ, ਕੱਕਾ ਰਾਰਾ ਧੱਦਾ ਕਰਦ, ਤਾਂ ਤੁਸੀਂ ਹੌਲੀ ਹੌਲੀ ਇਹਨੂੰ ਬੋਲਦੇ ਹੋ ਕਰਦ 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 ਕਰੋਗੇ, ਤਾਂ ਇਹ ਇੱਕਦਮ ਤੁਹਾਨੂੰ ਮਹਿਸੂਸ ਕਰੋਗੇ ਕਰਦ ਬਣ ਗਿਆ।
ਤਾਂ ਜਦੋਂ ਇਹਨੇ ਆਪਣਾ ਸਾਥ ਛੱਡਤਾ, ਦੱਦੇ ਨੇ ਆਪਣਾ ਆਪ ਹੀ ਛੱਡਤਾ, ਤਾਂ ਇਹ ਕਿਹਦੀ ਆਵਾਜ਼ ਕੱਢੂਗਾ? ਦੱਦੇ ਦੀ। ਤਾਂ ਜਦੋਂ ਕੋਈ ਵੀ ਅੱਖਰ ਇਹਨਾਂ 'ਚੋਂ ਲਾਸਟ ਦੇ ਵਿੱਚ ਆਉਂਦਾ ਹੈ, ਤਾਂ ਫਿਰ ਇਹ ਆਪਣੇ ਅਗਲੇ ਵਾਲਿਆਂ ਦੀ ਆਵਾਜ਼ ਕੱਢਦੇ ਨੇ, ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ? ਉੱਚੀ ਸੁਰ ਕਹਿ ਦਿੰਦੇ ਹਾਂ। ਕਲੀਅਰ ਹੈ, ਸਮਝ ਆ ਗਈ? ਯਾਨੀ ਜਦੋਂ ਆਪਣੇ ਕੋਲ ਇਹੀ ਲਾਈਨ ਗੱਗੇ ਤੋਂ ਲੈ ਕੇ ਬੱਬੇ ਦੀ ਪਹਿਲਿਆਂ ਦੀ ਆਵਾਜ਼ ਕੱਢੇ, ਤਾਂ ਇਹ ਹੋ ਗਈ ਆਪਣੇ ਕੋਲ ਨੀਵੀਂ ਸੁਰ। ਲੇਕਿਨ ਜਦੋਂ ਇਹੀ ਲਾਈਨ ਆਪਣੇ ਤੋਂ ਬਿਲਕੁਲ ਪਹਿਲੇ ਵਾਲੀ ਗੱਗਾ ਜੱਜਾ ਡੱਡਾ ਦੱਦਾ ਬੱਬਾ ਦੀ ਆਵਾਜ਼ ਕੱਢੇ, ਤਾਂ ਇਹ ਹੋ ਗਏ ਉੱਚੇ ਸੁਰ। ਕਲੀਅਰ ਹੈ? ਮੱਧਵਰਤੀ ਸੁਰ ਹੁੰਦਾ ਹੈ ਜਦੋਂ ਉਹ ਵਿੱਚ ਹੋਵੇ, ਨਾ ਨਾ ਉਹ ਫਸਟ ਵਾਲੀ ਲਾਈਨ ਬੋਲੇ, ਨਾ ਉਹ ਏ ਵਾਲੀ ਲਾਈਨ ਬੋਲੇ, ਉਹ ਵਿੱਚ ਵਾਲੀ ਲਾਈਨ ਬੋਲੇ, ਤਾਂ ਉੱਥੇ ਆਪਾਂ ਕੀ ਕਹਾਂਗੇ? ਮੱਧਵਰਤੀ ਸੁਰ। ਮੱਧਵਰਤੀ ਸੁਰ ਨੂੰ ਆਪਾਂ ਵਿਚਕਾਰੀ ਸੁਰ ਵੀ ਕਹਿ ਦਿੰਦੇ ਹਾਂ, ਦਰਮਿਆਨੀ ਵੀ ਕਹਿ ਦਿੰਦੇ ਹਾਂ, ਠੀਕ ਹੈ? ਜਿਵੇਂ ਐਗਜ਼ਾਮਪਲ ਦੇ ਤੌਰ 'ਤੇ ਆਪਾਂ ਲੈ ਕੇ ਚੱਲਦੇ ਹਾਂ ਕੜੀ, ਆਪਾਂ ਬੋਲ ਰਹੇ ਹਾਂ ਕੜੀ, ਹੈ ਨਾ, ਘੜੀ ਬੋਲ ਰਹੇ ਹਾਂ। ਤਾਂ ਇਹਨੂੰ ਜਦੋਂ ਤੁਸੀਂ ਤੋੜੋਗੇ ਕੜੀ, ਵਿੱਚ ਅ ਦੀ ਆਵਾਜ਼ ਆ ਰਹੀ ਹੈ ਕੜੀ, ਹੈ ਨਾ, ਪਾੜਾ ਪ ਆੜਾ ਪਾੜਾ, ਕੜਕ ਅੜ ਕੜ, ਤਾਂ ਇਹ ਕਿਹੜੀ ਹੋ ਗਈ? ਇਹ ਹੋ ਗਈ ਮੱਧਵਰਤੀ ਸੁਰ। ਕਲੀਅਰ ਹੈ? ਤਿੰਨਾਂ ਚੀਜ਼ਾਂ ਤੁਹਾਨੂੰ ਸਮਝ ਆ ਗਈਆਂ। ਇਸ ਤੋਂ ਬਿਨਾਂ ਇੱਕ ਪੁਆਇੰਟ ਯਾਦ ਰੱਖਿਓ, ਇੱਕ ਕੁਸ਼ਚਨ ਜਿਹੜਾ ਨਾ 41-61 ਜਿਹੜੀ ਮਾਸਟਰ ਕਾਡਰ ਦੀ ਭਰਤੀ ਆਈ ਸੀ ਨਾ, ਉਹਦੇ ਵਿੱਚ ਪੁੱਛਿਆ ਗਿਆ ਸੀ, ਜਿਹੜਾ ਹਾਹਾ ਆਪਣੇ ਕੋਲ ਅੱਖਰ ਹੈ, ਇਹਨੂੰ ਆਪਾਂ ਸੁਰਯੰਤਰੀ ਅੱਖਰ ਕਹਿ ਦਿੰਦੇ ਹਾਂ, ਹੈ ਨਾ, ਸੁਰਯੰਤਰੀ, ਸੁਰਯੰਤਰੀ ਕਹਿ ਦਿੰਦੇ ਹਾਂ ਆਪਾਂ ਇਹਨੂੰ। ਸੁਰਯੰਤਰੀ ਤੋਂ ਬਿਨਾਂ ਇਹਨੂੰ ਆਪਾਂ ਮੌਖਿਕ ਵੀ ਕਹਿ ਦਿੰਦੇ ਹਾਂ, ਗਲੋਟਲ ਵੀ ਕਹਿ ਦਿੰਦੇ ਹਾਂ। ਗਲੋਟਲ ਇਹਨੂੰ ਜ਼ਿਆਦਾ ਵਰਤਿਆ ਜਾਂਦਾ, ਗਲੋਟਲ। ਗਲੋਟਲ ਕਾਹਤੋਂ ਕਹਿੰਦੇ ਹਾਂ? ਕਿਉਂਕਿ ਇਹ ਗਲ ਤੋਂ ਸਿੱਧਾ ਨਿਕਲਦੀ ਹੈ, ਇੱਕ ਛੋਟੇ ਜਿਹੇ ਟਕਰਾਅ ਦੇ ਨਾਲ ਧੁਨੀ, ਠੀਕ ਹੈ? ਤਾਂ ਹੁਣ ਦੇਖੋ ਦੋ ਐਗਜ਼ਾਮਪਲ ਨੇ, ਇੱਕ ਹੈਗਾ ਬਾਹਰ, ਇੱਕ ਹੈਗਾ ਬਹਾਰ, ਦੋ ਨੇ, ਠੀਕ ਹੈ? ਜਦੋਂ ਕੋਈ ਵੀ ਲੱਗ ਹਾਹੇ ਤੋਂ ਪਹਿਲਾਂ ਲੱਗੀ, ਜਿਵੇਂ ਹਾਹੇ ਤੋਂ ਪਹਿਲਾਂ ਕੰਨਾ ਲੱਗਿਆ ਹੋਇਆ ਹੈ, ਤਾਂ ਉਹ ਹੋਊਗੀ ਉੱਚੀ ਸੁਰ। ਕਿਹੜੀ ਹੋਊਗੀ? ਉੱਚੀ ਸੁਰ, ਠੀਕ ਹੈ? ਹਾਹੇ ਦੀ ਐਗਜ਼ਾਮਪਲ ਦੇ ਰਹੀ ਹਾਂ ਸਿਰਫ ਮੈਂ। ਅਤੇ ਜਦੋਂ ਉਹੀ ਲੱਗ ਹਾਹੇ ਤੋਂ ਬਾਅਦ ਲੱਗੀ, ਇਹ ਹੋਊਗੀ ਨੀਵੀਂ ਸੁਰ। ਕਿਹੜੀ ਹੋਊਗੀ ਜੀ? ਨੀਵੀਂ ਸੁਰ, ਠੀਕ ਹੈ? ਤਾਂ ਇਹ ਜਿਹੜਾ ਕੁਸ਼ਚਨ ਹੈ ਪੇਪਰ ਦੇ ਵਿੱਚ ਆਇਆ ਹੋਇਆ ਸੀ, ਇਸ ਕਰਕੇ ਮੈਂ ਤੁਹਾਨੂੰ ਵੈਸੇ ਹੀ ਦੱਸਤਾ, ਤਾਂ ਇਹ ਵੀ ਤੁਸੀਂ ਜਿਹੜਾ ਯਾਦ ਰੱਖ ਸਕਦੇ ਹੋ। ਕਲੀਅਰ ਹੈ? ਤਾਂ ਆਈ ਹੋਪ ਤੁਹਾਨੂੰ ਉੱਚਾ ਸੁਰ, ਮੱਧ ਸੁਰ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਮਝ ਆ ਗਈਆਂ ਹੋਣੀਆਂ। ਇੱਕ ਪੁਆਇੰਟ ਹੋਰ ਹੈ, ਉਹ ਵੀ ਤੁਸੀਂ ਵੈਸੇ ਇੰਨੀ ਡੀਪਲੀ ਪੁੱਛਦੇ ਨਹੀਂ ਹੈਗੇ ਪੇਪਰ ਦੇ ਵਿੱਚ, ਅਘੋਸ਼ ਵਗੈਰਾ, ਇਹ ਤੁਸੀਂ ਦੇਖ ਲਓ, ਇੱਥੇ ਦੇਖ ਸਕਦੇ ਹੋ। ਜਿਹੜੇ ਕੱਕੇ ਤੋਂ ਲੈ ਕੇ ਬੱਬੇ ਤੱਕ ਦੇ ਅੱਖਰ ਨੇ, ਇਹਨਾਂ ਨੂੰ ਆਪਾਂ, ਸੋਰੀ, ਕੱਕੇ ਤੋਂ ਲੈ ਕੇ ਫੱਫੇ ਤੱਕ ਦੇ, ਇਹ ਅਘੋਸ਼ ਦੇ ਵਿੱਚ ਆ ਜਾਂਦੇ ਨੇ। ਕਿਹਦੇ ਵਿੱਚ ਆ ਜਾਂਦੇ ਨੇ? ਅਘੋਸ਼ ਦੇ ਵਿੱਚ। ਇਹਨਾਂ ਡੀਪਲੀ ਪੁੱਛਦੇ ਨਹੀਂ, ਪਰ ਫਿਰ ਵੀ ਤੁਸੀਂ ਨੋਟ ਕਰ ਲਓ, ਠੀਕ ਹੈ? ਜਿਹੜੇ ਆਪਣੇ ਕੋਲ ਗੱਗੇ ਤੋਂ ਲੈ ਕੇ ਭੱਬੇ ਤੱਕ ਨੇ, ਇਹ ਘੋਸ਼ ਦੇ ਵਿੱਚ ਆ ਜਾਂਦੇ ਨੇ। ਕਲੀਅਰ ਹੈ? ਜੇ ਆਪਾਂ ਅਲਪਰਾਣ ਮਹਾਂਪੁਰਾਣ ਦੇ ਅਕੋਰਡਿੰਗ ਦੇਖਿਆ ਜਾਵੇ, ਤਾਂ ਜਿਹੜੇ ਆਪਣੇ ਕੋਲ ਫਸਟ ਲਾਈਨ ਆ ਜਾਏਗੀ, ਕੱਕਾ ਚੱਚਾ ਟੈਂਕਾ ਤੱਤਾ, ਹੈ ਨਾ, ਤਾਂ ਇਹ ਕਿਹਦੇ ਵਿੱਚ ਆ ਗਏ? ਇਹ ਅਲਪਰਾਣ ਨੇ, ਅਲਪਰਾਣ, ਅਤੇ ਦੂਜੇ ਵਾਲੇ ਮਹਾਂਪੁਰਾਣ, ਇਹ ਤੀਜੇ ਵਾਲੇ ਫਿਰ ਅਲਪਰਾਣ, ਲਾਸਟ ਵਾਲੇ ਮਹਾਂਪੁਰਾਣ, ਅਤੇ ਇਹ ਲਾਸਟ ਆਪਾਂ ਨੂੰ ਪਤਾ ਹੀ ਹੈ ਅਨੁਨਾਸ ਕੀ ਹੈ। ਕਲੀਅਰ ਹੈ? ਇੰਨੀ ਗੱਲ ਸਮਝ ਆ ਗਈ? ਓਕੇ, ਤਾਂ ਇਸ ਤੋਂ ਬਿਨਾਂ ਯਾਦ ਰੱਖਿਓ ਵੀ ਜਿਹੜੇ ਪਹਿਲੇ ਵਾਲੇ ਹੈਗੇ ਨੇ ਆਪਣੇ ਕੋਲ, ਉਹ ਅਲਪਪੁਰਾਣ ਨੇ, ਜਿਹੜੇ ਤੀਜੇ ਵਾਲੇ ਨੇ ਉਹ ਅਲਪਪੁਰਾਣ ਨੇ, ਜਿਹੜੇ ਦੂਜੇ ਦੇ ਚੌਥੇ ਨੇ ਉਹ ਮਹਾਂਪੁਰਾਣ ਨੇ, ਠੀਕ ਹੈ? ਇਹ ਟ੍ਰਿਕ ਹੈ, ਤੁਸੀਂ ਯਾਦ ਕਰ ਸਕਦੇ ਹੋ, ਠੀਕ ਹੈ ਜੀ? ਤਾਂ ਆਈ ਹੋਪ ਤੁਹਾਨੂੰ ਸਾਰੀਆਂ ਚੀਜ਼ਾਂ ਸਮਝ ਆ ਗਈਆਂ ਹੋਣੀਆਂ। ਇੱਥੇ ਵੀ ਤੁਸੀਂ ਦੇਖ ਸਕਦੇ ਹੋ, ਨੋਟ ਕਰ ਸਕਦੇ ਹੋ, ਠੀਕ ਹੈ? ਅਲਪਪੁਰਾਣ ਮਹਾਂਪੁਰਾਣ ਬਾਰੇ ਇਹਨੂੰ ਤੁਸੀਂ ਧਿਆਨ ਨਾਲ ਜੇ ਪੜ੍ਹਨਾ ਹੋਇਆ ਤਾਂ ਪੜ੍ਹ ਸਕਦੇ ਹੋ। ਤਾਂ ਇਹ ਹੈਗਾ ਸੀ ਆਪਣੀ ਖੰਡੀ ਧੁਨੀਆਂ ਅਤੇ ਅਖੰਡੀ ਧੁਨੀਆਂ ਦਾ ਡਿਟੇਲ ਦੇ ਵਿੱਚ ਚੈਪਟਰ। ਆਪਾਂ ਨੇ ਪੂਰਾ ਚੈਪਟਰ ਜਿਹੜਾ ਸਿਰਫ ਇੱਕ ਵੀਡੀਓ ਦੇ ਵਿੱਚ ਕਵਰ ਕਰਿਆ ਹੈ। ਫਿਰ ਵੀ ਜੇਕਰ ਤੁਹਾਨੂੰ ਕਿਸੇ ਵੀ ਕੁਸ਼ਚਨ ਦੇ ਵਿੱਚ ਡਾਊਟ ਜਾਂ ਹੋਵੇ, ਕਮੈਂਟ ਦੇ ਵਿੱਚ ਦੱਸ ਦੇਣਾ। ਕੋਈ ਵੀ ਕੁਸ਼ਚਨ ਤੁਹਾਨੂੰ ਸਮਝ ਨਹੀਂ ਆਇਆ, ਪੁਆਇੰਟ ਨਹੀਂ ਆਇਆ ਤੁਹਾਨੂੰ ਸਮਝ, ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। ਇਸ ਦੇ ਨਾਲ ਹੀ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਹਿਲਾਂ ਸਬਸਕ੍ਰਾਈਬ ਕਰ ਲਓ ਜੀ, ਬੈਲ ਆਈਕਨ ਪ੍ਰੈਸ ਕਰ ਲਓ। ਡੇਲੀ ਆਪਾਂ ਰੈਗੂਲਰ ਕਲਾਸਿਸ ਜਿਹੜੀਆਂ ਨੇ ETT ਉਨਾਹਾ ਚੈਨਲ
ਪੇਪਰ ਏ ਨੂੰ ਮੁੱਖ ਰੱਖਦੇ ਹੋਏ ਲਗਾ ਰਹੇ ਹਾਂ ਜੀ। ਪੂਰਾ PDF ਇਹ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਵਿੱਚ ਮਿਲ ਜਾਏਗਾ, ਟੈਲੀਗ੍ਰਾਮ ਗਰੁੱਪ ਨਾਲ ਜ਼ਰੂਰ ਜੁੜੋ। ਲਿੰਕ ਜਿਹੜਾ ਟੈਲੀਗ੍ਰਾਮ ਗਰੁੱਪ ਦਾ ਡਿਸਕ੍ਰਿਪਸ਼ਨ ਬੋਕਸ ਦੇ ਵਿੱਚ ਤੁਹਾਨੂੰ ਮਿਲ ਜਾਣਾ ਹੈ ਜੀ, ਉੱਥੇ ਤੁਸੀਂ ਜ਼ਰੂਰ ਜੁੜ ਸਕਦੇ ਹੋ ਜੀ ਸਾਡੇ ਨਾਲ, ਪੂਰਾ PDF ਤੁਹਾਨੂੰ ਉੱਥੇ ਜਿਹੜਾ ਅਵੇਲੇਬਲ ਹੋਏਗਾ, ਠੀਕ ਹੈ। ਇਸ ਤੋਂ ਬਿਨਾਂ ਬਹੁਤ ਸਾਰੇ ਕਮੈਂਟਸ ਆਏ ਹੋਏ ਸਨ ਵੀ ਸ਼ੁੱਧ ਅਸ਼ੁੱਧ ਵੀ ਕਰਾਇਆ ਜਾਵੇ, ਵਿਰੋਧੀ ਸ਼ਬਦ ਵੀ ਕਰਾਏ ਜਾਣ, ਤਾਂ ਉਹ ਮੈਂ ਤੁਹਾਨੂੰ ਅਗਲੀਆਂ ਵੀਡੀਓਜ਼ ਦੇ ਵਿੱਚ ਕਰਾਵਾਂਗੀ। ਬਾਕੀ ਤੁਸੀਂ ਸੁਝਾਅ ਦੇ ਸਕਦੇ ਹੋ ਜੀ ਕਿ ਆਪਾਂ ਨੈਕਸਟ ਵੀਡੀਓ ਦੇ ਵਿੱਚ ਜਿਹੜਾ ਤੁਸੀਂ ਟੋਪਿਕ ਕਵਰ ਕਰਨਾ ਚਾਹੁੰਦੇ ਹੋ ਉਹ ਕਿਹੜਾ ਚਾਹੁੰਦੇ ਹੋ ਤੁਸੀਂ, ਠੀਕ ਹੈ, ਕਿ ਆਪਾਂ ਕਿਹੜਾ ਟੋਪਿਕ ਅਗਲਾ ਕਵਰ ਕਰੀਏ। ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਆਪਦੀ ਸਲਾਹ ਸੁਝਾਅ ਜ਼ਰੂਰ ਦਿਆ ਕਰੋ, ਠੀਕ ਹੈ। ਬਾਕੀ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ। ਨੈਕਸਟ ਵੀਡੀਓ ਲੈ ਕੇ ਆਪਾਂ ਜਲਦੀ ਹਾਜ਼ਰ ਹੋਵਾਂਗੇ। ਇਸ ਤੋਂ ਬਿਨਾਂ ਇੱਕ ਵਿਆਕਰਨ ਦੀ ਅਲੱਗ ਤੋਂ ਮੈਰਾਥੋਨ ਕਲਾਸ ਆਲਰੇਡੀ ਆਪਾਂ ਕਵਰ ਕਰਾ ਚੁੱਕੇ ਹਾਂ, ਜੇਕਰ ਤੁਸੀਂ ਉਹ ਮੈਰਾਥੋਨ ਕਲਾਸ ਨਹੀਂ ਦੇਖੀ ਤਾਂ ਉਸਨੂੰ ਜ਼ਰੂਰ ਦੇਖੋ। ਪੂਰੀ ਡਿਟੇਲ ਵਾਈਜ਼ ਆਪਾਂ ਵਿਆਕਰਨ ਜਿਹੜੀ ਹੈ ਇੱਕ ਵੀਡੀਓ ਦੇ ਵਿੱਚ ਕਵਰ ਕੀਤੀ ਹੋਈ ਹੈ, ਠੀਕ ਹੈ। ਤਾਂ ਜਲਦੀ ਹਾਜ਼ਰ ਹੋਵਾਂਗੇ ਵੀਡੀਓ ਲੈ ਕੇ। ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ, ਥੈਂਕ ਯੂ।